ਸੰਗਤ ਨੂੰ ਦੱਸੋ ਆਪਣੀ ਜ਼ਿੰਦਗੀ ਬਾਰੇ, ਆਪਣੇ ਸੰਘਰਸ਼ ਬਾਰੇ। ਤੁਸੀਂ ਮਤਲਬ ਸਾਰੀ ਜ਼ਿੰਦਗੀ ਸੰਘਰਸ਼ ਦੇ ਲੇਖੇ ਲਾਈ ਹੈ, ਗੋਲਾਂ ਕੱਟੀਆਂ ਨੇ, ਤੁਸੀਂ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ ਨੇ, ਅਤੇ ਤੁਸੀਂ ਆਪਣਾ ਬਚਪਨ ਤੋਂ ਦੱਸੋ ਸੰਗਤ ਨੂੰ, ਤੁਸੀਂ ਕਿੱਦਾਂ ਦਾ ਤੁਹਾਡੇ ਜੀਵਨ ਸੀ, ਪਰਿਵਾਰ ਦੇ ਵਿੱਚ ਕਿੱਦਾਂ ਆਪਣਾ ਪੂਰੇ ਸੰਸਾਰ ਦੇ ਵਿੱਚ ਤੁਸੀਂ ਸਾਰੀ ਗੱਲ ਆਪਣੀ ਭਾਈ ਸਾਹਿਬ ਸੰਸਥਾ ਦੀ ਸਾਂਝੀ ਕਰਨੀ। ਵਾਹਿ ਖਾਲਸਾ ਵਾਹਿ ਫਤਿਹ। ਭਾਈ ਸਾਹਿਬ ਦਾਸ ਦਾ ਨਾਂ ਕਰਮਜੀਤ ਸਿੰਘ ਹੈ ਅਤੇ ਬਾਅਦ ਦੇ ਵਿੱਚ ਜਦੋਂ ਮੈਂ ਕਿਤਾਬਾਂ ਵਗੈਰਾ ਲਿਖਣ ਲੱਗ ਗਿਆ, ਉਸ ਤੋਂ ਬਾਅਦ ਸਿੱਖਾਂ ਦਾ ਖਲਸ ਮੇਰੇ ਨਾਲ ਪੱਕਾ ਪੈ ਗਿਆ। ਦਾਸ ਦਾ ਜਨਮ ਫਰੀਦਕੋਟ ਵਿੱਚ ਹੋਇਆ ਅਤੇ 1931-1950 ਮੇਰਾ ਜਨਮ ਹੈ। ਮੇਰੀਆਂ ਤਿੰਨ ਭੈਣਾਂ ਅਤੇ ਮੈਂ ਇਕੱਲਾ ਭਰਾ ਸੀ। ਮੇਰੀ ਜੋ ਮੰਮੀ ਸੀ ਉਹ ਹੈੱਡ ਮਿਸਟਰ ਸੀ ਫਰੀਦਕੋਟ, ਅਤੇ ਮੈਨੂੰ ਦੁੱਖ ਹੈ ਇਸ ਗੱਲ ਦਾ, ਸੰਘਰਸ਼ੀ ਜੀਵਨ ਦੌਰਾਨ ਜਦੋਂ ਮਾਤਾ ਜੀ ਚੜ੍ਹਾਈ ਕਰ ਗਏ, ਮੈਂ ਉਹਨਾਂ ਦੀ ਅੰਤਮ ਅਰਦਾਸ ਨਹੀਂ ਦੇ ਸਕਿਆ। ਮੈਂ ਜ਼ਿੰਦਗੀ 'ਚ ਮੇਰੇ ਨਾਲ ਮੇਰੇ ਮਾਤਾ ਜੀ ਨਾਲ ਭਗਵਾਨ ਕੌਰ ਹੈੱਡ ਮਿਸਟਰ ਸੀ ਅਤੇ ਮੇਰੇ ਪਿਤਾ ਜੀ ਏ ਕਲਾਸ ਅਫਸਰ ਸਨ ਫਰੀਦਕੋਟ। ਉਹਨਾਂ ਨੂੰ ਵੀ ਮੇਰੀ ਖਾਤਰ ਬੜਾ ਸੰਘਰਸ਼ ਚੱਲਿਆ। ਪਰ ਮੈਂ ਸਭ ਤੋਂ ਪਹਿਲਾਂ ਦੱਸਦਾ, ਮੈਂ ਬਲਵੀਰ ਹਾਈ ਸਕੂਲ ਫਰੀਦਕੋਟ ਤੋਂ ਮੈਟ੍ਰਿਕ ਕੀਤੀ ਆ। ਉਸ ਤੋਂ ਬਾਅਦ ਮੈਂ ਏਅਰਫੋਰਸ ਦੇ ਵਿੱਚ ਲੈ ਗਿਆ। ਏਅਰਫੋਰਸ ਦੇ ਵਿੱਚ ਤਕਰੀਬਨ ਜਦੋਂ ਮੈਂ ਛੱਡ ਕੇ ਆਇਆ ਅਤੇ ਨਾਸਕਰੋਟ ਡਬਲਾਲੀ ਤੋਂ ਮੈਂ ਬੀਏ ਕੀਤੀ ਸੀ। ਨਾਸਕਰੋਟ ਮਹਾਰਾਸ਼ਟਰ ਗਿਆ ਜੀ, ਨਾਸਕਰੋਟ ਉੱਥੇ ਜਦੋਂ ਸਾਡਾ ਏਅਰ ਹੈੱਡਕੁਆਟਰ ਸੀਗਾ, ਉੱਥੇ ਮੈਂ ਬੀਏ ਕੀਤੀ ਆ। ਬੀਏ ਕਰਨ ਤੋਂ ਬਾਅਦ ਮੈਂ ਬਾਅਦ ਦੇ ਵਿੱਚ ਲੱਗਿਆ। ਇਸ ਤਰ੍ਹਾਂ ਜਦੋਂ ਮੈਂ ਘਰ ਆ ਗਿਆ ਅਤੇ ਮੇਰੀਆਂ ਭੈਣਾਂ ਵਗੈਰਾ ਸੀਗੀਆਂ, ਆਪਣੇ ਪੜ੍ਹਿਆ ਲਿਖਿਆ ਪਰਿਵਾਰ ਆ, ਤਿੰਨੇ ਭੈਣਾਂ ਮੇਰੀਆਂ ਪ੍ਰਿੰਸੀਪਲ ਸਨ, ਭਾਈ ਸਾਹਿਬ ਮੇਰੇ ਪ੍ਰੋਫੈਸਰ ਸਨ, ਅਤੇ ਵੱਡੀ ਭੈਣ ਜੋ ਜਿਹੜੀ ਮੇਰੀ ਆ ਉਹ ਅਨੰਤਪੂਰਨ ਕੌਰ ਆ, ਉਸ ਤੋਂ ਛੋਟੀ ਕਮਲਜੀਤ ਕੌਰ ਆ, ਉਦੋਂ ਅਮਰਤਪੂਰਨ ਕੌਰ ਆ। ਸੰਘਰਸ਼ੀ ਦੁੱਖ ਮੈਂ ਵਿੱਚ ਹਮੇਸ਼ਾ ਹੀ ਮੈਂ ਮਾਂ ਬਾਪ ਆਪਣੇ ਭੈਣ ਭਰਾ ਮਾਂ ਬਾਪ ਨੂੰ ਬੜਾ ਤੰਗ ਕੀਤਾ। ਮੈਂ ਇਸ ਗੱਲ ਦਾ ਬੜਾ ਮਹਿਸੂਸ ਕਰਦਾ ਰਹਿੰਦਾ। ਮੇਰੀ ਖਾਤਰ ਸੀ ਏ ਸਟਾਫ ਬਠਿੰਡੇ 'ਚ ਮੇਰੇ ਪਿਤਾ ਜੀ ਨੂੰ, ਮਤਲਬ ਕਿ ਡੀ ਐੱਸ ਪੀ ਝੰਡਾ ਜੋ ਬੁੱਚੜ ਅਫਸਰ ਸੀਗਾ, ਉਹ ਉਹਨਾਂ ਨੂੰ ਚੱਕ ਕੇ ਲੈ ਗਿਆ। ਉਹਨਾਂ ਨੂੰ ਮੇਰੀ ਖਾਤਰ ਬੜਾ ਟਾਸਕ ਹੋਣਾ ਪਿਆ। ਇਸ ਗੱਲ ਦਾ ਦੁੱਖ ਵੀ ਮੈਨੂੰ ਹਮੇਸ਼ਾ ਸਾਲ ਬਾਅਦ ਪਰਿਵਾਰ ਦਾ ਅਲਾਂਭੇ ਦੇ ਤੌਰ 'ਤੇ ਮੈਨੂੰ ਰਹਿੰਦਾ। ਜਦੋਂ ਮੈਂ ਬੀ ਏ ਕੀਤੀ ਉਸ ਵੇਲੇ ਘਰ ਆ ਏਅਰਫੋਰਸ ਦੀ ਸਰਵਿਸ ਤੋਂ ਘਰ ਆਇਆ। ਘਰ ਆ ਕੇ ਜਦੋਂ ਮੈਂ 1978 ਤੱਕ ਸਾਕਾ ਵਾਪਰਿਆ, ਸਾਕੇ ਨੇ ਮੈਨੂੰ ਸੰਜੋੜ ਕੇ ਰੱਖ ਦਿੱਤਾ। 1978 ਦੇ ਖੂਨੀ ਸਾਕੇ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ। ਮੈਨੂੰ ਝੰਜੋੜ ਕੇ ਰੱਖ ਦਿੱਤਾ ਕਿ ਉਸ ਵੇਲੇ ਮੈਂ ਅਖੰਡ ਕੀਰਤਨ ਜੱਥਾ ਜੋ ਹੈ ਭਾਈ ਸਾਹਿਬ ਭਾਈ ਰਾਮ ਸਿੰਘ ਉਸ ਵੇਲੇ ਜੱਥੇਦਾਰ ਸਨ, ਮੈਂ ਉਹਨਾਂ ਦੇ ਸੰਪਰਕ 'ਚ ਆਇਆ। ਭਾਈ ਹਰਮੇਲ ਸਿੰਘ ਡੱਗੋਰਮਾਨ ਸਿੰਘ ਸਨ, ਸਰਬਲੂ ਵਿਵੇਕੀ ਸਿੰਘ ਸਨ, ਮੈਂ ਉਹਨਾਂ ਦੇ ਸੰਪਰਕ 'ਚ ਆਇਆ। ਉਹਨਾਂ ਦੇ ਸੰਪਰਕ ਵਿੱਚ ਆਉਣ ਕਾਰਨ ਮੈਂ ਅਖੰਡ ਕੀਰਤੀ ਜੱਥੇ ਨਾਲ ਚਲਾ ਗਿਆ। ਅਖੰਡ ਕੀਰਤੀ ਜੱਥੇ ਦੀ ਮਾਣ ਮਰਿਆਦਾ ਨੂੰ ਕਾਇਮ ਬਿਆਮ ਰੱਖਦਾ ਹੋਇਆ ਮੈਂ ਜੋ ਸਾਡੀ ਖਾੜਕੂ ਜਥੇਬੰਦੀ ਸੀ ਅਕਾਲ ਰੈਸਟ ਹਾਊਸ 'ਤੇ ਬੱਬਰ ਖਾਲਸਾ ਇੰਟਰਨੈਸ਼ਨਲ, ਉਸ ਵੇਲੇ ਅਕਾਲ ਰੈਸਟ ਹਾਊਸ ਅੰਮ੍ਰਿਤਸਰ, ਉੱਥੇ ਮੈਂ ਉਹਨਾਂ ਕੋਲ ਚਲਾ ਗਿਆ। ਉਸ ਤੋਂ ਬਾਅਦ ਅਕਾਲ ਰੈਸਟ ਹਾਊਸ ਛੱਡ ਕੇ ਜੋ ਨਾਨਕ ਨਿਵਾਸ ਸਿੰਘ ਚਲੇ ਗਏ, ਅਸੀਂ ਨਾਨਕ ਨਿਵਾਸ 'ਤੇ ਜਾ ਕੇ ਸਿੰਘਾਂ ਦੀ ਸੇਵਾ ਵਗੈਰਾ ਕਰਦੇ ਸੀਗੇ, ਜਿੰਨੀ ਵੀ ਹੋ ਸਕੇ ਸੇਵਾ ਕਰਦੇ ਸੀ। ਸਭ ਤੋਂ ਪਹਿਲੀ ਵਾਰ ਜਦੋਂ ਦਾਸ 1984 ਤੋਂ ਬਲੂ ਸਟਾਰ ਓਪਰੇਸ਼ਨ ਤੋਂ ਬਾਅਦ ਜੋ ਸਾਡੇ ਹਿਰਦੇ ਬਿਲਕੁਲ ਬਲੂੰਦਰੇ ਗਏ, ਜਦੋਂ ਬਲੂੰਦਰੇ ਗਏ 1984 ਤੋਂ ਬਾਅਦ ਸਿੰਘਾਂ ਨਾਲ ਮੇਲ ਜੋਲ ਹੋਣ ਲੱਗਾ। ਭਾਈ ਸੁਖਦੇਵ ਸਿੰਘ, ਸੁਲੱਖਣ ਸਿੰਘ, ਭਾਈ ਇਕਬਾਲ ਸਿੰਘ, ਭਾਈ ਬਲਵਿੰਦਰ ਸਿੰਘ ਬੱਬਰ ਗੰਗਾ, ਭਾਈ ਹਰਭਜਨ ਸਿੰਘ ਬੱਬਰ ਡੇਲੇ ਵਾਲੀ, ਇਹ ਸਾਰੇ ਸਿੰਘਾਂ ਨਾਲ ਮੇਲ ਜੋਲ ਹੋਇਆ। ਅਸੀਂ ਆਪਣੇ ਪੱਧਰ 'ਤੇ ਜਿੰਨਾ ਵੀ ਹੋ ਸਕੇ ਸੰਘਰਸ਼ ਲੜਨਾ ਸ਼ੁਰੂ ਕੀਤਾ। ਕਿਸੇ ਨੂੰ ਕੋਈ ਸੇਵਾ ਲਾ ਦਿੰਦੇ ਸੀ, ਉਹ ਕਿਸੇ ਨੂੰ ਕੋਈ ਸਾਥ, ਕਿਸੇ ਦਾ ਹੁੰਦਾ ਸੀ ਸਮਾਨ ਗਾਂਹ ਪਛਾਂ ਕਰਨਾ, ਜਾਂ ਕਿਸੇ ਦੇ ਹੁੰਦਾ ਸੀਗਾ ਇਸ ਤਰ੍ਹਾਂ ਵੀ ਚਿੱਠੀ ਪੱਤਰ ਸੁਣਿਆ ਦੇਣਾ, ਜਾਂ ਕਿਸੇ ਨੂੰ ਸੇਵਾ ਰਾਸ਼ਨ ਪਾਣੀ ਦੇਣਾ, ਜਾਂ ਕਿਸੇ ਨੂੰ ਮਤਲਬ ਕਿ ਸ਼ਰਮ ਦੇਣੀ ਸੰਭਾਲ ਕੇ ਰੱਖਣਾ, ਇਸ ਤਰ੍ਹਾਂ ਹੀ ਸੇਵਾ ਆਡਰ ਸਿੰਘ ਜਿਹੜੇ ਲਾਉਂਦੇ ਰਹਿੰਦੇ ਸੀਗੇ। ਅਤੇ ਪਰ ਮੈਨੂੰ ਬੜਾ ਦੁੱਖ ਹੋਇਆ, ਮੇਰੇ ਬਹੁਤ ਹੀ ਨਜ਼ਦੀਕੀ ਸੰਗੀ ਸਾਥੀ 11 ਮਈ 1987 ਨੂੰ ਭਾਈ ਗੁਰਪਾਲ ਸਿੰਘ ਬੱਬਰ ਜੋ ਸੰਗਰੂਰ ਵਿਖੇ ਸ਼ਹੀਦ ਹੋ ਗਏ। ਇਸ ਤਰ੍ਹਾਂ ਕਰਕੇ ਨਾਲ ਦੇ ਨਿੱਕੇ ਨਿੱਕੇ ਘਟਨਾਵਾਂ ਵਾਪਰਦੀਆਂ ਅਤੇ ਕਈ ਵੱਡੇ ਸਾਕੇ ਵੀ ਵਾਪਰੇ। ਜਦੋਂ ਸਿੰਘ ਸ਼ਹੀਦ ਹੁੰਦੇ ਗਏ ਸਾਡਾ ਵੀ ਲੱਕ ਟੁੱਟ ਗਿਆ। ਸਭ ਤੋਂ ਪਹਿਲਾਂ ਜਦੋਂ ਡੀ ਐੱਸ ਪੀ ਝੰਡਾ ਸਿੰਘ ਨੇ ਮੇਰੇ ਘਰ ਰੇਡ ਮਾਰਿਆ, ਸੀ ਆਰ ਪੀ ਨਾਲ ਘੇਰ ਕੇ ਸਾਰਾ ਕੁਛ, ਅਤੇ ਮੇਰੇ 'ਤੇ ਪਹਿਲਾ ਕੇਸ 1986 'ਚ ਪਿਆ। ਮਤਲਬ ਕਿ ਇੱਕ ਬੁੱਚੜਾ ਪੁਲਿਸ ਅਫਸਰ ਸੀਗਾ ਗੁਰਤੇਜ ਸਿੰਘ, ਮਤਲਬ ਕਿ ਉਹਨੂੰ ਸੋਧਣ ਦੇ ਮਾਮਲੇ 'ਚ ਮੇਰੇ 'ਤੇ ਉਹ ਪਹਿਲਾ ਕੇਸ ਪਾਇਆ। ਮੇਰੇ 'ਤੇ ਭਾਈ ਅੰਮ੍ਰਿਤਪਾਲ ਸਿੰਘ ਵੀਲੇ 'ਤੇ, ਭਾਈ ਇਕਬਾਲ ਸਿੰਘ ਬੱਬਰ ਮੋਹਣੀ ਦੇ, ਸਾਰੇ ਤਿੰਨਾਂ ਦੇ ਸਾਰਿਆਂ ਦੇ ਕੇਸ ਪਹਿਲੇ ਵੇਪਿਆ। ਅਤੇ ਮੈਨੂੰ ਘਰੋਂ ਮੇਰੇ ਪਿਤਾ ਜੀ ਸਮੇਤ ਸੀ ਏ ਸਟਾਫ ਬਠਿੰਡਾ ਡੀ ਐੱਸ ਪੀ ਜਿਹੜਾ ਸੀਗਾ ਝੰਡਾ ਉਹ ਚੱਕ ਕੇ ਲੈ ਕੇ ਗਿਆ, ਅਤੇ ਲਗਾਤਾਰ ਜਬਰ ਜ਼ੁਲਮ ਦਾ ਸੀ ਏ ਸਟਾਫ ਬਠਿੰਡਾ ਸ਼ਿਕਾਰ ਹੋਣਾ ਪਿਆ। ਉਸ ਤੋਂ ਬਾਅਦ 1999 ਤੱਕ ਮੇਰੇ ਨਾਲ ਇਸ ਤਰ੍ਹਾਂ ਹੀ ਹੁੰਦਾ ਰਿਹਾ। ਜਿਹੜੀ ਹੁਣ ਤੁਹਾਨੂੰ ਭਾਈ ਸਾਹਿਬ ਕੀ ਦੱਸਾਂ ਵੀ ਸੀ ਏ ਸਟਾਫ ਦੇ ਵਿੱਚ ਸਿੰਘਾਂ ਨਾਲ ਕਿਵੇਂ ਗੁਜ਼ਰਦੀ ਆ, ਵੀ ਮਤਲਬ ਕਿ ਮੇਰੇ ਨਾਲ ਦੇ ਇੱਕ ਸਾਥੀ ਸੀ ਭਾਈ ਮਨਕੀਤ ਸਿੰਘ ਬੱਬਰ ਦਾਨ ਸਿੰਘ ਵਾਲਾ, ਉਸ ਨੂੰ
ਮਤਲਬ ਕਿ ਲਾਸ ਨਾਲ ਬੰਨ ਕੇ ਲੈਟਰੀਨ ਕੂਏ ਦੇ ਵਿੱਚ ਛੱਡ ਦਿੱਤਾ ਅਤੇ ਬਾਹਰ ਯੂ ਕਰਦੇ ਸੀ ਉੱਤੇ ਪਾਣੀ ਬਾਲ ਕੇ ਪਾ ਦਿੰਦੇ ਸੀਗੇ ਅਤੇ ਇਸ ਤਰ੍ਹਾਂ ਕਰ ਕਰਕੇ ਹੁਣ ਉੱਥੇ ਸ਼ਹੀਦ ਕਰਤਾ। ਇਸੇ ਤਰ੍ਹਾਂ ਮੇਰਾ ਸੰਗੀ ਸਾਥੀ ਇੱਕ ਹੋਰ ਸੀਗਾ ਭਾਈ ਸੰਗਰਾਮ ਸਿੰਘ ਬੱਬਾ ਚੱਕ ਮਦਰੱਸਾ, ਭਾਈ ਮਤਲਬ ਸੁਰਿੰਦਰ ਸਿੰਘ ਵੀ ਕਹਿੰਦੇ ਸੀਗੇ, ਉਹ ਮੇਰੇ ਸਾਹਮਣੇ ਉਹ ਟੰਗਿਆ ਸੀ ਇਸ ਆਫ ਰੀਕੋਰਟ ਵਿੱਚ, ਉਹ ਟੰਗਿਆ ਉਹ ਰੀੜ ਦੀ ਹੱਡੀ ਤੋਂ ਇੱਕ ਟੁੱਟ ਜਾਂਦਾ, ਰੀੜ ਦੀ ਹੱਡੀ ਟੁੱਟ ਗਿਆ ਅਤੇ ਉਸ ਤੋਂ ਬਾਅਦ ਉਹਨੂੰ ਮਤਲਬ ਕਿ ਇਨਕਾਊਂਟਰ ਕੀਤਾ। ਉਸ ਵੇਲੇ ਤਿੰਨ ਸਿੰਘ ਸ਼ਹੀਦ ਕੀਤੇ ਸਾਡੇ ਸਾਹਮਣੇ, ਨੰਬਰ ਇੱਕ ਭਾਈ ਲੱਡੂ ਅਵਤਾਰ ਸਿੰਘ ਬੱਬਰ ਲੱਡੂ ਰਾਜਵਾਣਾ, ਭਾਈ ਸ਼ਮਸ਼ੀਰ ਸਿੰਘ ਬੱਬਰ ਭੁੱਲਰ ਅਤੇ ਭਾਈ ਸੁਨੀਲ ਸਿੰਘ ਬੱਬਰ ਚੱਕ ਬਰੋਸਾ। ਇਹ ਤਿੰਨੇ ਸਿੰਘ ਮੇਰੇ ਸਾਹਮਣੇ ਸ਼ਹੀਦ ਕੀਤੇ। ਭਾਈ ਅਵਤਾਰ ਸਿੰਘ ਬੱਬਰ ਲੱਡੂ ਨੇ ਸਿਮਰਨ ਤੋਂ ਬਗੈਰ ਕੋਈ ਗੱਲ ਨਹੀਂ ਕਿਸਮ ਦਿੱਤੀ, ਇਹ ਸਿਮਰਨ ਹੀ ਕਰਦਾ ਰਿਹਾ, ਉਹ ਸਿਮਰਨ ਹੀ ਕਰਦਾ ਰਿਹਾ। ਅਖੀਰ ਜਦੋਂ ਉਹਨੂੰ ਗੰਗਾਨਗਰ ਤੋਂ ਫੜ ਕੇ ਲਿਆਏ ਸੀਗੇ, ਇੱਥੇ ਲਿਆ ਕੇ ਜਦੋਂ ਫਿਰ ਉਹਨਾਂ ਨੇ ਪਹਿਲਾਂ ਮਾਰਤਾ, ਮਾਰਨ ਤੋਂ ਬਾਅਦ ਟੋਕੇ ਨਾਲ ਉਹਦਾ ਢਿੱਡ ਪਾੜਿਆ ਹੈ, ਢਿੱਡ ਪਾੜਨ ਤੋਂ ਬਾਅਦ ਉਹਨੂੰ ਫਰੀਦਕੋਟ ਨਹਿਰਾਂ 'ਚ ਛੱਡ ਦਿੱਤਾ। ਸੰਸਕਾਰ ਸਿਰਫ ਦੋ ਸਿੰਘਾਂ ਦਾ ਕੀਤਾ, ਸ਼ਮਸ਼ੀਰ ਸਿੰਘ ਦਾ ਅਤੇ ਸੁਰਿੰਦਰ ਸਿੰਘ ਦਾ, ਬਾਕੀ ਭਾਈ ਅਵਤਾਰ ਸਿੰਘ ਦਾ ਸੰਸਕਾਰ ਵੀ ਨਹੀਂ ਕੀਤਾ। ਅਤੇ ਇਸੇ ਤਰ੍ਹਾਂ ਭਾਈ ਬਲਜਿੰਦਰ ਸਿੰਘ ਬੱਬਰ 'ਚ ਬਣਾ ਲਈ ਸੀਗਾ, ਉਹ ਮੇਰੇ ਆਪ ਮੈਂ ਕਿਤਾਬ ਦੇ ਤਵਾਰੀਖ ਬੱਬਰ ਖਾਲਸਾ ਕਿਤਾਬ ਦੇ ਵਿੱਚ ਵੀ ਲਿਖਿਆ, ਉਹਦੇ ਇਸ ਤਰ੍ਹਾਂ ਕਾਠ ਦੇ ਲੱਤਾਂ ਜਿਹੜੀਆਂ ਇੱਕ ਸਕੰਜਾ ਜਿਹਾ ਬਣਾਇਆ ਹੁੰਦਾ, ਸਕੰਜੇ ਜਿਹਦੇ ਵਿੱਚ ਉਹਨਾਂ ਨੇ ਲੱਤਾਂ ਉਹਦੀਆਂ ਦਿੱਤੀਆਂ ਅਤੇ ਮੈਂ ਪਿੱਛੇ ਡਿੱਗ ਕੇਸ ਕੀ ਅਤੇ ਕੰਘਾ ਥੱਲੇ ਡਿੱਗ ਪਿਆ, ਅਤੇ ਮੈਂ ਕੇਸ ਕੀ ਕੰਘਾ ਨਾਲ ਮੈਂ ਨਾਲ ਹੀ ਮੇਰੇ ਸੀ, ਮੈਂ ਕੇਸ ਕੀ ਕੰਘਾ ਚੱਕ ਕੇ ਸਿਰ 'ਤੇ ਰੱਖਣ ਲੱਗਾ, ਮੈਂ ਕਿਹਾ ਕੋਈ ਪਾਣੀ ਪੂਣੀ ਮੰਗਾਵਾਂ ਕਿਸੇ ਆਵਾਜ਼ ਵੀ ਮਾਰਾਂ, ਕਹਿੰਦਾ ਨਹੀਂ ਉਹਦੇ ਕੋਲ ਥੱਲਾ ਸਾਰਾ ਰੀੜ ਦੀ ਹੱਡੀ ਟੁੱਟ ਕੇ ਸਾਰਾ ਗਲਿਆ ਪਿਆ ਸੀਗਾ। ਉਸ ਨੂੰ ਵੀ ਬਚਨ ਸਿੰਘ ਬੁੱਚਰ ਨਾਲ ਇੱਕ ਪੁਲਿਸ ਅਫਸਰ ਨੇ ਪਤਾ ਨਹੀਂ ਕਿੱਥੇ ਜਾ ਕੇ ਛੁਪਾ ਦਿੱਤਾ। ਇਹ ਜਿਹੜੀਆਂ ਸ਼ਹਾਦਤਾਂ ਮੇਰੇ ਸਾਹਮਣੇ ਦੀਆਂ ਹੋਈਆਂ, ਸੀ ਏ ਸਟਾਫ ਦੇ ਵਿੱਚ ਬੀਬੀਆਂ ਨੂੰ ਬੜੀ ਬੇਦਰਦੀ ਨਾਲ ਅਸ਼ਲੀਲ ਹਰਕਤਾਂ ਕਰਦੇ ਸੀ ਪੁਲਿਸ ਵਾਲੇ, ਰਾਤ ਨੂੰ ਸ਼ਰਾਬ ਪੀ ਕੇ, ਅਤੇ ਕਈ ਵਾਰੀ ਰਾਤ ਨੂੰ ਪੁਲਿਸ ਵਾਲੇ ਨੇ ਕਿਸੇ ਸਿੰਘ ਨੂੰ ਤਾਂ ਟੰਗ ਦਿੰਦੇ ਸੀਗੇ, ਤਾਂ ਟੰਗਣ ਤੋਂ ਬਾਅਦ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਉਹਨੂੰ ਭੁੱਲ ਜਾਂਦੇ ਸੀਗੇ, ਜਦੋਂ ਭੁੱਲ ਜਾਂਦੇ ਸੀ ਪਤਾ ਨਹੀਂ ਮਤਲਬ ਕਿ ਕਿਹਨੂੰ ਟੰਗਿਆ ਵਾ, ਕੀ ਕੀਤਾ ਵਾ, ਮਤਲਬ ਕਿ ਮਤਲਬ ਕਿ ਜੇ ਯਾਦ ਆ ਗਿਆ ਤਾਂ ਉਹਨੂੰ ਥੱਲੇ ਲਾਹੜਾ ਨਹੀਂ ਲਾਇਆ। ਜਿਹੜੀ ਇਸ ਤਰ੍ਹਾਂ ਦੀਆਂ ਫਿਰ ਜੇ ਟਾਰਚਰ ਕਰਨ ਦੇ ਢੰਗ ਤਰੀਕੇ ਇੰਨੇ ਕੁ ਜ਼ਿਆਦਾ ਭਿਆਨਕ ਆ ਵੀ ਮਤਲਬ ਕਿ ਅਲਫ ਨੰਗਾ ਕਰ ਦੇਣਾ। ਮੈਂ ਸੀ ਏ ਸਟਾਫ ਫਰੀਦਕੋਟ ਵਿੱਚ 26 ਦਿਨ 1999 'ਚ 1991 26 ਦਿਨ ਮੈਂ ਕੱਪੜੇ ਨਹੀਂ ਦੇਖੇ ਵੀ ਕੱਪੜੇ ਕਿਸ ਤਰ੍ਹਾਂ ਹੁੰਦੇ ਆ, ਅਲਫ ਨੰਗਾ ਕਰਕੇ ਉਹਨਾਂ ਨੇ ਮੈਨੂੰ ਰੱਖਿਆ ਹੋਇਆ ਸੀਗਾ। 26ਵੇਂ ਦਿਨ ਉਹਨਾਂ ਨੇ ਮੈਨੂੰ ਜਿਹੜਾ ਹੈਗਾ ਅਦਾਲਤ 'ਚ ਪੇਸ਼ ਕੀਤਾ, ਝੂਠਾ ਕੇਸ ਫਾਜ਼ੀ ਮੇਰੇ 'ਤੇ ਪਾ ਦਿੱਤਾ। ਜਿਹੜਾ ਟਾਰਚਰ ਕਰਨ ਦੇ ਢੰਗ ਆ ਵੀ ਦੋਹਾਂ ਲੱਤਾਂ ਨੂੰ ਫੜ ਕੇ ਪਾੜ ਦੇਣਾ ਵੀ 100 ਬਿਲਕੁਲ ਪੈਰਲ ਕਰ ਦੇਣੀਆਂ ਲੱਤਾਂ, ਹਾਂ ਬਿਲਕੁਲ ਹੀ ਪੈਰਲ ਕਰ ਦੀਆਂ, ਹਾਂ 180 ਡਿਗਰੀ ਦੀ ਲੱਤਾਂ ਪਾੜ ਦੇਣੀਆਂ, ਔਰ ਜਿਹੜਾ ਮਗਰਲੇ ਪਾਸੇ ਬਾਹਾਂ ਬੰਨ ਕੇ ਮਗਰਲੇ ਪਾਸੇ ਬਾਹਾਂ ਬੰਨ ਕੇ ਉੱਪਰ ਟੰਗ ਦੇਣਾ, ਮੁੜ ਕੇ ਲੱਤਾਂ ਥੱਲੋਂ ਬੰਨ ਲੈਣੀਆਂ, ਲੱਤਾਂ ਦੇ ਪੈਪ ਜਾਏ ਪੈਪ ਪਾ ਲੈਣੀਆਂ, ਇਸ ਤਰ੍ਹਾਂ ਪੈਪ ਪਾ ਕੇ ਮੁੜ ਕੇ ਉੱਤੇ ਝਟਕੇ ਮਾਰਨੇ। ਮੁੜ ਕੇ ਹਜੇ ਮੇਰੇ ਅੱਜ ਵੀ ਆ ਮੋਢਾ ਵਗੈਰਾ ਟੁੱਟਿਆ ਹੋਇਆ, ਲੱਤਾਂ ਦੇ ਸਾਨੂੰ ਵੀ ਟੁੱਟੇ ਹੋਏ ਆ। ਫਿਰ ਇਸ ਤੋਂ ਇਲਾਵਾ ਜਿਹੜੇ ਆ ਪਾਣੀ ਦੇ ਟੱਬੇ 'ਚੋਂ ਲੱਤਾਂ ਬੰਨ ਕੇ ਲੱਤਾਂ ਨੂੰ ਬੰਨ ਕੇ ਤਾਂ ਟੰਗ ਲੈਣਾ, ਹੌਲੀ ਹੌਲੀ ਥੱਲੇ ਲਿਆਉਣਾ, ਪਾਣੀ ਦੇ 'ਚ ਬੱਚੇ ਦੇ ਵਿੱਚ ਉਹਨਾਂ ਸਿਰ ਵਾਰ ਦੇਣਾ, ਜਦੋਂ ਦੇਖਾ ਤੜਫਣ ਲੱਗਿਆ ਫਿਰ ਫਿਰ ਤਾਂ ਕੱਟ ਲੈਣਾ, ਮਤਲਬ ਕਿ ਇਸ ਤਰ੍ਹਾਂ ਕਰਨਾ। ਦੂਸਰੀ ਗੱਲ ਜੇ ਬਿਜਲੀ ਦੇ ਝਟਕੇ ਦੇਣੇ, ਇੱਕ ਨਾ ਮੈਂ ਹੁਣ ਕਿਵੇਂ ਦੱਸਾਂ ਸੰਗਤ ਨੂੰ ਵੀ ਮਤਲਬ ਕਿ ਆਪਣੇ ਇੰਦਰੀ ਦੇ ਉੱਤੇ ਇੱਕ ਤਾਰ ਲਵੇੜ ਦਿੰਦੇ ਆ ਉਹ ਕਰੰਟ ਵਾਲੀ, ਦੂਸਰੀ ਇੱਕ ਉਹ ਕਰਨ ਨੂੰ ਲਾਉਂਦੇ ਆ, ਮਤਲਬ ਕਿ ਐਂ ਲਾ ਲਿਆ ਛਕਾ ਲਿਆ, ਜਦੋਂ ਬੰਦਾ ਤੜਫਦਾ ਫਿਰ ਲਾ ਲਿਆ, ਮਤਲਬ ਕਿ ਉਹ ਅਜੇ ਵੀ ਦਾਗ ਹੈਗੇ ਇਹਨਾਂ ਗੱਲਾਂ ਦੇ ਦਾਗ ਸਰੀਰ ਦੇ ਉੱਤੇ ਹੈਗੇ ਆ, ਵੀ ਉਹ ਇਸ ਤਰ੍ਹਾਂ ਕਰਦੇ ਆ। ਫਿਰ ਜਾਂ ਘੋਟਣਾ ਲਾਉਣਾ ਪੈਪ, ਸਾਡੇ ਦਾ ਘੋਟਣਾ ਇਹਨਾਂ ਨੇ ਪੈਪ ਰੱਖੀ ਸੀ ਫਰੀਦਕੋਟ ਨੇ, ਉਹ ਪੈਪ ਨੂੰ ਲੱਤਾਂ 'ਤੇ ਫੇਰਨਾ, ਐਂ ਲੱਤਾਂ 'ਤੇ ਫੇਰੀ ਜਾਣਾ ਫੇਰੀ ਜਾਣਾ, ਲੱਤਾਂ 'ਤੇ ਉੱਥੇ ਜ਼ਖਮ ਹੋ ਜਾਣੇ, ਮਤਲਬ ਕਿ ਆਹ ਇਹ ਟਾਰਚਰ ਕਰਨ ਦੇ ਇਹਨਾਂ ਦੇ ਵੰਨ ਸੁਵੰਨੇ ਢੰਗ ਸੀਗੇ। ਸਾਡੇ ਨਾਲ ਇੱਕ ਸਿੰਘ ਸੀਗਾ ਭਾਈ ਬਲਦੇਵ ਸਿੰਘ ਕਲੋਨੀ ਦਾ, ਸਾਡੇ ਸਾਹਮਣੇ ਉਹਦੀ ਬੇਟੀ ਨੂੰ ਬੱਚਾ ਹੋਣ ਵਾਲਾ ਸੀ, ਉਹ ਬੇਟੀ ਨੂੰ ਵੀ ਚੱਕ ਲਿਆਉਂਦੇ ਆ ਭਾਈ ਸੰਗਰਾਮ ਸਿੰਘ ਚੱਕ ਮਦਰੱਸੇ ਦੇ ਕਾਰਨ, ਉਹਨੂੰ ਚੱਕ ਕੇ ਲੈ ਆਏ ਉਹਨੂੰ, ਐਂ ਗਰੀਸ ਕਿਲਾ ਇੱਕ ਨਾ ਲੱਕੜ ਦਾ ਕਿਲਾ ਘੜ ਕੇ ਰੱਖਿਆ ਸੀਗਾ ਸਿੱਖਾ ਕਰਕੇ, ਉਹਨੂੰ ਗਰੀਸ ਲਾਈ ਸੀ, ਅਤੇ ਭਾਈ ਸਾਹਿਬ ਨੂੰ ਧੱਕੇ ਨਾਲ ਖਿੱਚ ਕੇ ਧੂ ਕੇ ਉਸ ਕਿਲੇ ਦੇ ਉੱਤੇ ਬਿਠਾਉਂਦੇ ਸੀ, ਔਰ ਆਪਣੀ ਬੇਟੀ ਦੇ ਸਾਹਮਣੇ ਵੀ ਆਹ ਬੇਟੀ ਆ, ਉਹ ਬੇਟੀ ਦੇ ਸਾਹਮਣੇ ਗਰਭਵਤੀ ਬੇਟੀ 8 ਮਹੀਨੇ ਦਾ ਬੱਚਾ ਹੋਣਾ, ਉਹਨੂੰ ਲਿਆ ਕੇ ਉਹ ਕਿਲੇ ਦੇ ਉੱਤੇ ਬਿਠਾਉਂਦੇ ਵੀ ਉਹ ਕਿਲੇ 'ਤੇ ਬੈਠੇ। ਵੀ ਇਸ ਤਰ੍ਹਾਂ ਜਿਹੜੀਆਂ ਟਾਰਚਰ ਕਰਨ ਲਈ ਉਹਨਾਂ ਦੀਆਂ ਵੱਖ ਵੱਖ ਢੰਗ ਸਨ, ਮੰਜਾ ਸੀਗਾ ਮੰਜੇ ਦੇ ਨਾਲ ਬੰਨ ਦੇਣਾ ਸਾਨੂੰ, ਮੰਜੇ ਦਾ ਦੋਵਾਂ ਪਾ ਲੈਣ ਲੱਤਾਂ ਬੰਨ ਦੇਣੀਆਂ, ਉਧਰੋਂ ਬਾਹਾਂ ਬੰਨ ਦੇਣੀਆਂ, ਬੰਨ ਕੇ ਮੰਜੇ ਨੂੰ ਉਲਟਾ ਖੜਾ ਕਰ ਦੇਣਾ, ਮਤਲਬ ਕਿ ਬੰਦਾ ਪੁੱਠਾ ਤਾਂ ਲਮਕੀ ਜਾਂਦਾ ਤੜਫੀ ਜਾਂਦਾ, ਉਹਨੇ ਸਿਰ 'ਤੇ ਕੋਈ ਅਸਰ ਨਹੀਂ ਕੀਤਾ। ਇਹ ਤਸ਼ੱਦਦ ਕਰਨ ਦੇ ਢੰਗ ਮਤਲਬ ਕਿ ਮੁਗਲਾਂ ਨਾਲੋਂ ਵੀ ਗਾਂਹ ਸੀ, ਵੀ ਮੁਗਲ ਤਾਂ ਚਲੋ ਮਾਰਤਾ ਗੱਲ ਨਹੀਂ ਪੜੀ, ਸਿਰ ਵੱਟ ਤਾਂ ਕੋਈ ਕਰਤਾ ਗੱਲ, ਆਹ ਤਾਂ ਬੰਦੇ ਨੂੰ ਟਾਰਚ ਕਰੀ ਜਾਣਾ ਕਰੀ ਜਾਣਾ ਕਰੀ ਜਾਣਾ। ਫਿਰ ਮੇਰੀ ਸਿੰਘਣੀ ਆ ਸੀ ਏ ਸਟਾਫ ਬਠਿੰਡੇ ਚੱਕ ਕੇ ਲੈ ਗਏ, ਵੀ ਇਹਦੇ ਸਾਹਮਣੇ ਸਾਨੂੰ ਅਲਫ ਨੰਗਾ ਜਾਣ ਕੇ ਰੱਖ,
ਵੀ ਇਹ ਜਿਹੜੀਆਂ ਅੱਤ ਘਿਨਾਉਣੀਆਂ ਕਹਾਣੀਆਂ ਜਿਹੜੀਆਂ ਦਰਦ ਦੀਆਂ ਵੀ ਸੀ ਅਤੇ ਆਹ ਸਫ਼ਰ ਜਿਹੜਾ ਜੇਲ੍ਹਾਂ ਦਾ ਅਤੇ ਪੁਲਿਸ ਦਾ ਚੱਲਦਾ ਰਿਹਾ, 30-35 ਕੇਸ ਮੇਰੇ 'ਤੇ ਘੱਟੋ ਘੱਟ ਇਹਨਾਂ ਨੇ ਪਾਏ ਆ। ਉਸ ਤੋਂ ਬਾਅਦ ਜਿਹੜਾ ਆਖਰੀ ਕੇਸ ਮੇਰੇ 'ਤੇ ਪਿਆ ਉਹ ਇੱਕ ਬੜੇ ਗੁਰਸਿੱਖ ਭਾਈ ਬਲਵੀਰ ਸਿੰਘ ਬੈਂਸ ਇੰਗਲੈਂਡ ਵਾਲੇ, ਉਹ ਏਅਰਪੋਰਟ ਤੋਂ ਦਿੱਲੀ ਆਏ ਆ, ਦਿੱਲੀ ਏਅਰਪੋਰਟ ਤੋਂ ਉਹਨਾਂ ਨੂੰ ਚੱਕ ਲਿਆ ਜਾਂਦਾ। ਮੇਰਾ ਇੱਕ ਨਜ਼ਦੀਕੀ ਰਿਸ਼ਤੇਦਾਰ ਸੁਖਮੰਦਰ ਸਿੰਘ ਆ, ਉਹਦੇ ਕੋਲ ਉਹ ਅਤੇ ਭਾਈ ਬਲਵੀਰ ਸਿੰਘ ਆਪਸ ਵਿੱਚ ਦੋਸਤ ਸੀਗੇ, ਭਾਈ ਸੁਖਮੰਦਰ ਸਿੰਘ ਨੂੰ ਚੱਕ ਲਿਆ ਲੋਧੀ ਕਲੋਨੀ ਵਾਲਿਆਂ ਨੇ, ਅਤੇ ਭਾਈ ਬਲਵੀਰ ਸਿੰਘ ਨੂੰ ਚੱਕ ਲਿਆ ਗੱਡੀ 'ਚ ਚੱਕ ਲਿਆ, ਚੱਕ ਕੇ ਜਾ ਕੇ ਨਾਲ ਮੈਨੂੰ ਮਤਲਬ ਕਿ ਬਿਲਕੁਲ ਫਰਜ਼ੀ ਹੈ, ਅਖਬਾਰਾਂ ਦੇ ਵਿੱਚ ਵੀ ਕਟਿੰਗ ਵੀ ਹੈਗੀ, ਬਿਲਕੁਲ ਫਰਜ਼ੀ ਕੇਸ ਦੇ ਵਿੱਚ ਸਾਨੂੰ ਤਿੰਨਾਂ ਨੂੰ ਜੋੜਤਾ। ਭਾਈ ਬਲਵੀਰ ਸਿੰਘ ਮੈਂ ਗੁਰਸਿੱਖ ਬੰਦੇ ਸੀਗੇ, ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਸੀ ਵੀ ਟਾਰਚਰ ਕੀ ਕਰਦੇ ਕੀ ਨਹੀਂ ਕਰਦੇ। ਚਲੋ ਅਸੀਂ ਤਾਂ ਆਹ ਨਜ਼ਾਰਾ ਦੇਖਿਆ ਸੀ, ਤੁਹਾਨੂੰ ਮੈਂ ਮਤਲਬ ਕਿ ਟਾਰਚਰ ਕਰਦੇ, ਭਾਈ ਬਲਵੀਰ ਸਿੰਘ ਨੇ ਤਾਂ ਆਹ ਦੇਖਿਆ ਵੀ ਨਹੀਂ ਸੀ ਵੀ ਮੈਨੂੰ ਵੀ ਕਿਵੇਂ ਟਾਰਚਰ ਕਰਦੇ ਆ। ਬਿਲਕੁਲ ਇੱਕ ਫਰਜ਼ੀ ਸਾਡੇ 'ਤੇ ਕੇਸ ਪਾ ਕੇ, ਏ ਸੀ ਪੀ ਰਾਜਵੀਰ ਸੀਗਾ ਜੋ ਇਨਕਾਊਂਟਰ ਸਪੈਸ਼ਲਿਸਟ ਸੀਗਾ ਦਿੱਲੀ ਦਾ, ਵੀ ਇੰਨਾ ਬਦਨਾਮ ਸੀ ਉਹਨੂੰ ਜੈੱਡ ਸਿਕਿਉਰਿਟੀ ਮਿਲੀ ਹੋਈ ਸੀ, ਸਾਡੇ ਕਾਰਨ ਉਹਨੂੰ ਜੈੱਡ ਸਿਕਿਉਰਿਟੀ ਮਿਲੀ ਸੀ ਸਾਡੇ 'ਤੇ ਕੇਸ ਪਾਉਣ ਕਰਕੇ, ਵੀ ਉਹਨੂੰ ਮਤਲਬ ਕਿ ਬਕਾਇਦਾ ਉਹਦੇ ਵੱਸ ਨਹੀਂ ਜਾਂਦਾ ਸੀ ਵੀ ਮੈਂ ਕੀ ਕਰਾਂ। ਸਾਡੇ ਦੇ ਆਰ ਡੀ ਐਕਸ ਦਾ ਝੂਠਾ ਕੇਸ ਤਿੰਨਾਂ ਜਣਿਆਂ ਦੇ ਪਾ। ਜਿਹੜੀ ਪੰਜਾਬ ਦੀ ਜਿਹੜਾ ਇੱਥੇ ਗੱਲ ਹੋਰ ਆ, ਜਿਹੜੀ ਦਿੱਲੀ ਦੇ ਤਿਉਹਾਰ ਜਿਹੜਾ ਜਿੱਥੇ ਮੇਰੇ ਸਾਡੇ ਨਾਲ ਹੀ ਪ੍ਰੋਫੈਸਰ ਭੁੱਲਰ ਸਾਹਿਬ, ਦਿਆ ਸਿੰਘ ਲਾਹੌਰੀਆ, ਕੁਲਵਿੰਦਰ ਸਿੰਘ ਖਾਨਪੁਰ ਮੰਦਰੇ, ਵੀ ਤਿਉਹਾਰ ਦੀ ਜੇਲ੍ਹ ਦਾ ਇੱਕ ਸਾਲ ਅਤੇ ਬਾਹਰ ਜੇਲ੍ਹਾਂ ਦੇ 5 ਸਾਲ, ਵੀ ਇੰਨਾ ਫਰਕ ਆ। ਫਿਰ ਜਿਹੜੇ ਤਿਉਹਾਰ ਦੀ ਜੇਲ੍ਹ ਦਾ ਮੈਂ ਹੁਣ ਤੁਹਾਨੂੰ ਕੀ ਦੱਸੀਏ, ਉਹ ਸਾਰੀ ਜੇਲ੍ਹ ਟੀ ਐੱਸ ਪੀ ਦੇ ਅੰਡਰ ਆ। ਹੁਣ 11 ਜੇਲ੍ਹਾਂ ਬਣੀਆਂ ਵਾ, 3 ਨੰਬਰ ਦੀ ਇਹ 'ਚ ਫਾਂਸੀ ਦਿੱਤੀ ਜਾਂਦੀ ਹੈ, ਜਿੱਥੇ ਭਾਈ ਸੁਖਵੰਤ ਸਿੰਘ ਅਤੇ ਕੇਹਰ ਸਿੰਘ ਉਹਨਾਂ ਨੂੰ ਫਾਂਸੀ ਦਿੱਤੀ ਸੀਗੀ, ਅਤੇ ਜਿੱਥੇ ਹੁਣ ਅਫਸਲ ਗੁਰੂ ਨੂੰ ਫਾਂਸੀ ਦਿੱਤੀ ਆ, ਮਕਬੂਲ ਭਵਨ ਨੂੰ ਫਾਂਸੀ ਦਿੱਤੀ ਆ, ਉਹ 3 ਨੰਬਰ ਜੇਲ੍ਹ ਜਿਹੜੀ ਆ ਫਾਂਸੀ ਜੇਲ੍ਹ ਆ ਤਿਹਾੜ ਦੀ, 2 ਨੰਬਰ ਜੇਲ੍ਹ ਜਿਹੜੀ ਆ ਫੈਕਟਰੀ ਜੇਲ੍ਹ ਆ, ਅਤੇ ਜਿਹੜੀ ਹੈਗੀ ਆ 5 ਨੰਬਰ ਜੇਲ੍ਹ ਉਹ ਬੱਚਿਆਂ ਦੀ ਜਿਹੜਾ, 7 ਨੰਬਰ ਜੇਲ੍ਹ ਉਹ ਲੇਡੀਜ਼ ਜੇਲ੍ਹ ਆ, ਤੂੰ ਹਾਈਟ ਚੱਕੀ ਦੇ ਮੂਹਰੇ ਬੈਠੇ ਹੁੰਦੇ। ਔਰ ਦੂਸਰੀ ਗੱਲ ਇਹ, ਤਿਉਹਾਰ ਡਿਊਟੀ ਦੇ ਵਿੱਚ ਸਾਡਾ ਝਗੜਾ ਅਕਸਰ ਹੀ ਹੁੰਦਾ ਰਹਿੰਦਾ ਸੀਗਾ, ਉਹ ਸਾਡੇ ਘੜੇ ਲਾਉਂਦੇ ਧੱਕੇ ਨਾਲ, ਜੇ ਅਸੀਂ ਘੜੇ ਨਹੀਂ ਲਾਉਣ ਦਿੰਦੇ ਸੀ ਫਿਰ ਸਾਡੇ ਕਛਹਿਰਿਆਂ ਨੂੰ ਹੱਥ ਮਾਰ ਕੇ ਕਛਹਿਰੇ ਲਾਉਂਦੇ ਸੀ, ਸਾਡੀਆਂ ਪੱਗਾਂ ਦੀ ਜਿਹੜੀ ਦਸਤਾਰਾਂ ਖੁਲਾ ਕੇ ਤਰਾਸ਼ਣ ਦੀ, ਉਹ 24 ਘੰਟੇ ਜਦੋਂ ਤਰੀਕ 'ਤੇ ਜਾਣਾ ਜਾਂ ਅਸੀਂ ਕਿਤੇ ਮਤਲਬ ਕਿ ਮੁਲਾਕਾਤ 'ਤੇ ਜਾਣਾ, ਉਹਨਾਂ ਨੇ ਸਾਨੂੰ ਉਸ ਬੜੀ ਬੇਦਰਦੀ ਨਾਲ ਸਾਡੀ ਜਿਹੜੀ ਉਹ ਤਲਾਸ਼ੀ ਸਾਨੂੰ ਲੈਂਦੇ ਸੀਗੇ, ਵੀ ਕੜੇ ਵੀ ਲਾਓ, ਜੀਨ ਦੀ ਪੈਂਟ ਨਹੀਂ ਤੁਸੀਂ ਪਾ ਸਕਦੇ, ਬੂਟ ਨਹੀਂ ਤੁਸੀਂ ਪਾ ਸਕਦੇ, ਜੇ ਕੁਛ ਵੀ ਕੋਈ ਵੀ ਚੀਜ਼ ਪਾਉਣੀ ਆ ਰੱਖਣੀ ਆ ਉਹ ਮਤਲਬ ਕਿ ਮਨਜ਼ੂਰੀ ਨਾਲ ਆ, ਉਹ ਵੀ ਉਹਨਾਂ ਦੀ ਮਰਜ਼ੀ ਆ, ਮਨਜ਼ੂਰੀ ਦੇਣ ਜਾਂ ਨਾ ਦੇਣ। ਹਾਂਜੀ 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 ਉਹਨਾਂ ਨੇ ਯੋਜਨਾ ਵੰਨ ਢੰਗ ਨਾਲ ਕੀਤੇ ਨੁਕਸਾਨ, ਵੀ ਤਾਂ ਕਿ ਇਹ ਪਰਿਵਾਰ ਨੇ ਜਿਹੜੇ ਆਰਥਿਕ ਤੌਰ 'ਤੇ ਇੰਨਾ ਨੁਕਸਾਨ ਹੋਵੇ ਮੁੜ ਕੇ ਉੱਠ ਨਾ ਸਕਣ। ਮੇਰਾ ਨੁਕਸਾਨ ਇਹ ਹੀ, ਮੈਂ 5-5.5 ਕਿੱਲੇ ਪੈਲੀ ਵੇਚਦੀ ਹੁਣ ਤੱਕ ਹੀ, ਮਤਲਬ ਕਿ ਜਿਹੜੀ ਇਹ ਛੋਟੇ ਬੇਟੇ ਦੀ, ਮੈਂ ਜਦੋਂ ਦਿੱਲੀ ਚਲਿਆ ਗਿਆ ਛੋਟੇ ਬੇਟੇ ਪਰਿਵਾਰ ਦੇ ਸਿਰ 'ਤੇ ਕਿਸੇ ਹੱਥ ਨਹੀਂ ਰਹਿ ਗਿਆ, ਮੈਂ ਇਕੱਲਾ ਸੀਗਾ, ਮੈਂ ਇਕੱਲਾ ਹੀ ਇਕੱਲਾ, ਮਤਲਬ ਕਿ ਮੈਂ ਇੱਕ ਵੱਡਾ ਲਾਂਭਾ ਮੇਰੇ। ਅਤੇ ਭਾਈ ਸਾਹਿਬ ਇੱਕ ਗੱਲ ਹੋਰ ਦੱਸੋ, ਜਿੱਦਾਂ ਪੰਜਾਬ ਪੁਲਿਸ ਅਤੇ CRPF ਨੇ ਦਿੱਲੀ ਦੇ ਮਤਲਬ ਹੁਕਮਾਂ 'ਤੇ ਪੰਜਾਬ ਦੇ ਵਿੱਚ ਸਿੱਖਾਂ ਨੂੰ ਆਰਥਿਕ ਪੱਖੋਂ ਬਹੁਤ ਉਜਾੜਿਆ, ਜਿਹੜੇ ਕਿ ਮਤਲਬ ਸਿੱਖੀ ਦੀ ਗੱਲ ਕਰਦੇ ਸੀਗੇ, ਇਸ ਬਾਰੇ ਆਪ ਜੀ ਕੀ ਕਹਿਣਾ ਚਾਹੁੰਦੇ? ਭਾਈ ਸਾਹਿਬ ਜਿਹੜੀ ਗੱਲ ਹੈ ਵੀ ਪੁਲਿਸ ਦੀਆਂ ਲਗਾਮਾਂ ਇੰਨੀਆਂ ਖੁੱਲ੍ਹੀਆਂ ਛੱਡੀਆਂ ਸੀਗੀਆਂ, ਜਦੋਂ ਮੇਰੇ ਘਰ ਪੁਲਿਸ ਰੇਡ ਮਾਰਦੀ ਸੀ ਮੇਰੇ, ਮੈਂ ਆਪ ਜਿਹੜੇ ਮੇਰੇ ਨਾਲ ਵਾਪਰੀ ਆ, ਵੀ ਰੇਡ ਮਾਰਦੀ ਮੇਰੀ ਕਣਕ ਦੀਆਂ ਬੋਰੀਆਂ ਉਹਨਾਂ ਨੇ ਡੋਲ ਦੇਣੀਆਂ, ਡਰੰਮ ਡੋਲ ਦੇਣੇ, ਮਤਲਬ ਕਿ ਜੋ ਆਟੇ ਪੇਟੀ ਆ ਉਹਨੂੰ ਮੂਧਾ ਕਰ, ਵੀ ਆਟਾ ਜਿੱਥੇ ਪਿਆ ਉਹਨੂੰ ਮੂਧਾ ਕਰ ਦੇਣਾ, ਵੀ ਪਤਾ ਨਹੀਂ ਕੀ ਲੁਕੋਇਆ ਹੋਇਆ, ਅਤੇ ਜਾਂ ਖੇਤਾਂ ਦੇ ਵਿੱਚ ਕੁੱਤੇ ਲੈ ਕੇ ਤੁਰੇ ਫਿਰਨਾ, ਵੀ ਪਤਾ ਨਹੀਂ ਕੀ ਖੇਤਾਂ ਦੇ ਵਿੱਚ ਰੱਖਿਆ ਹੋਇਆ, ਮਤਲਬ ਕਿ ਪਰਿਵਾਰ ਨੂੰ ਇੱਕ ਪਾਸੇ ਕਰਕੇ ਖੂੰਜੇ ਭਾ ਦੇਣਾ ਸਾਰੇ, ਵੀ ਤੁਸੀਂ ਇੱਥੇ ਬੈਠੋ, ਮੈਡਮ ਮੇਰੀ ਨੂੰ ਪਾਸੇ ਕਰਕੇ ਭਾ ਦੇਣਾ, ਹੈ ਨਾ, ਪਿਤਾ ਜੀ ਦੇ ਮੇਰੇ 'ਚ ਪੇੜੇ ਮਾਰ ਦੇਣੀਆਂ, ਮਤਲਬ ਕਿ ਉਹ ਸਾਰਾ ਕੁਛ ਆ ਜਾਣ ਕੇ ਕਰਦੇ। ਹੁਣ ਕਈ ਮੇਰੇ ਨਾਲ ਦੇ ਸੱਜਣ ਮਿੱਤਰ ਸੀ ਜਿਨ੍ਹਾਂ ਦੇ ਘਰ ਢਾਹ ਤੇ ਇਹਨਾਂ ਨੇ, ਵੀ ਹਿਰਦੇ ਵਾਲੇ ਇੱਕ ਮੈਂ ਕਿਤਾਬ ਦੇ ਵਿੱਚ ਲਿਖਿਆ ਜੀਵਨੀ ਆ, ਉਹਦੇ ਵਿੱਚ ਬਕਾਇਦਾ ਨਿੱਕੇ ਨਿੱਕੇ ਬੱਚੇ, ਦੂਸਰੇ ਬੱਚੇ ਬੋਲਦੇ ਆ ਵੀ ਆਪਣੇ ਘਰੇ ਗੋਲਾਬਾਰੀ ਕਾਹਦੇ ਹੁੰਦੀ ਆ, ਵੀ ਗੰਨੇ ਦੇ ਖੇਤ ਜਿਹੜੇ ਵਾਹ ਦਿੱਤੀ। ਇਸੇ ਤਰ੍ਹਾਂ ਭਾਈ ਬਲਵਿੰਦਰ ਸਿੰਘ ਬੱਬਰ ਗੰਗਾਈ ਮੇਰੇ ਰਿਸ਼ਤੇਦਾਰ ਵੀ ਆ, ਉਹਦੇ ਪਿਤਾ ਜੀ ਨੂੰ ਘਰ ਆ ਕੇ ਪੁਲਿਸ ਕੈਡਰ ਨੇ ਕੰਧ ਨਾ ਖਿਲਾਰਦਾ, ਕੰਧ ਨਾ ਖਿਲਾ ਕੇ, ਕੱਚੀ ਕੰਧ ਨਾ ਖਿਲਾਰ ਕੇ ਉਹਨੂੰ ਉੱਥੇ ਬਜ਼ੁਰਗ ਬੰਦਾ ਜਿਹੜਾ 70-75 ਸਾਲ ਦਾ ਬਜ਼ੁਰਗ, ਉਹਨੂੰ 70-75 ਸਾਲ ਦੇ ਬਜ਼ੁਰਗ ਨੂੰ ਉਹਨਾਂ ਨੇ ਕੰਧ ਦੇ ਨਾ ਖਿਲਾ ਕੇ ਗੋਲੀਆਂ ਮਾਰਤੀਆਂ। ਅਤੇ ਫਿਰ ਭਾਈ ਇਸੇ ਤਰ੍ਹਾਂ ਭਾਈ ਹਰਭਜਨ ਸਿੰਘ ਬਡੇਲੇ ਵਾਲੀ ਆ ਜਾਂ ਹੋਰ ਸਿੰਘ ਆ ਜਿਨ੍ਹਾਂ ਦੇ ਮਤਲਬ ਕਿ ਬੁਰੇ ਹਾਲ, ਭਾਈ ਗੁਰਬੋਗ ਸਿੰਘ ਬੱਬਰ ਆ, ਉਹਨਾਂ ਦਾ ਭਰਾ ਸੀਗਾ
ਭਾਈ ਜਰਨੈਲ ਸਿੰਘ ਉਹਨੂੰ ਉਹ ਚਾਹ ਇੰਨਾ ਗੁਰਸਿੱਖ ਸੀ ਉਹ ਚਾਹ ਨਹੀਂ ਛਕੀ ਸੀ ਉਹਨੇ ਕਦੇ ਜ਼ਿੰਦਗੀ 'ਚ। ਉਹਨੂੰ ਮਤਲਬ ਕਿ ਉਹਦੀ ਭੈਣ ਦਾ ਵਿਆਹ ਸੀਗਾ, ਸਿੰਘਾਂ ਨੇ ਮਦਦ ਕੀਤੀ ਵੀ ਚਲੋ ਭੈਣ ਦੀ ਸ਼ਾਦੀ ਕੀਤੀ ਜਾਏ। ਪੁਲਿਸ ਵਾਲਿਆਂ ਨੂੰ ਪਤਾ ਲੱਗਿਆ ਵੀ ਇਹਨਾਂ ਨੂੰ ਸਿੰਘਾਂ ਨੇ ਮੰਜੀ ਬਿਸਤਰੇ ਵਗੈਰਾ ਲੈ ਕੇ ਦਿੱਤੇ ਆ ਦੇਣ ਵਾਸਤੇ, ਪੀਟੀ ਵਗੈਰਾ ਲੈ ਕੇ ਦਿੱਤੀ ਆ ਪੁਲਿਸ। ਹਾਲਾਂਕਿ ਨਾ ਪੀਟੀ ਕਿਸੇ ਪੁਲਿਸ ਵਾਲੇ ਦੇ ਕੰਮ ਆ, ਨਾ ਮਤਲਬ ਕਿ ਕੋਈ ਬੈੱਡ ਕਿਸੇ ਦੇ ਕੰਮ ਆ, ਪੁਲਿਸ ਵਾਲੇ ਉਹ ਸਾਰਾ ਕੁਝ ਤੁਹਾਨੂੰ ਚੱਕ ਕੇ ਲੈ ਗਏ ਔਰ ਕੁੱਟ ਕੇ ਚੁਕਾਉਂਦੇ ਆ ਵੀ ਤੁਸੀਂ ਚੱਕ ਸਿੱਧੂ ਵਿੱਚ ਕੈਂਟਰਾਂ ਦੇ ਲੱਗੋ। ਇਹ ਬਿਲਕੁਲ ਖੁੱਲ੍ਹੇ ਛੱਡੇ ਸੀ ਵੀ ਜੋ ਮਰਜ਼ੀ ਕਰ। ਮੈਂ ਇੱਕ ਪੁਲਿਸ ਦੀ, ਪੰਜਾਬ ਪੁਲਿਸ ਦੀ ਕਮਿਊਨਿਟੀ ਦੀ ਗੱਲ ਮੈਂ ਦੱਸਦਾ। ਇੱਥੇ ਏ ਐੱਸ ਆਈ ਚਰਨਜੀਤ ਲਾਲ ਸੀਗਾ ਮਤਲਬ ਕਿ ਬਠਿੰਡੇ ਦਾ, ਸਾਡੇ ਘਰੇ ਉਹਨੇ ਰੇਡ ਮਾਰੀ। ਮੇਰੇ ਕੋਲ ਇੱਕ ਟਾਰਚ ਸੀਗੀ ਜਿਹੜੀ ਚਾਰਜ ਹੁੰਦੀ ਆ, ਉਹ ਟਾਰ ਮੇਰੇ ਸਾਹਮਣੇ ਚਾਰ ਮੈਨੂੰ ਟਾਰਚ ਬੈਟਰੀ ਵੀ ਚੱਕ ਕੇ ਲੈ ਗਿਆ ਵੀ ਮਤਲਬ ਕਿ ਹੋਰ ਹੋਰ। ਇੱਕ ਇਹ ਵੀ ਗੱਲ ਕਾਫੀ ਜਗ੍ਹਾ ਸੁਣਨ ਚ ਆਈ ਹੈ ਕਿ ਪੰਜਾਬ ਪੁਲਿਸ ਨੇ ਉਸ ਸਮੇਂ ਮੁੰਡਿਆਂ ਨੂੰ ਚੁੱਕ ਕੇ ਸਕੂਲਾਂ ਕਾਲਜਾਂ ਚੋਂ ਨਜਾਇਜ਼ ਤੌਰ ਤੇ ਹਿਰਾਸਤ ਚ ਰੱਖ ਕੇ ਉਹਨਾਂ ਦੇ ਫੇਕ ਇਨਕਾਊਂਟਰ ਵੀ ਕੀਤੇ ਤੇ ਉਹਨਾਂ ਨੂੰ ਛੱਡਣ ਦੇ ਬਦਲੇ ਜ਼ਮੀਨ। ਹਾਂਜੀ, ਜ਼ਮੀਨਾਂ ਪੈਸੇ ਮੈਂ ਆਪਦੇ ਕੇਸ ਵਾਪਸ ਲੈਣ ਪਿੱਛੇ ਜਾਂ ਕੇਸ ਲੜਨ ਪਿੱਛੇ ਮੈਨੂੰ ਮੈਂ ਆਪ ਖੁਦ ਜ਼ਮੀਨ ਵਿੱਚ ਮੈਨੂੰ ਵੇਚਣੀ ਪਈ ਆ। ਉਹ ਡਰਦਾ, ਰਿਸ਼ਤੇਦਾਰ ਭੈਣ ਭਰਾ ਡਰਦਾ, ਕੋਈ ਵਰਦਾ ਨਹੀਂ। ਜੇ ਕੋਈ ਆਉਂਦਾ ਸੀਗਾ ਪੁਲਿਸ ਵਾਲੇ ਉਹਨੂੰ ਚੱਕ ਲੈਂਦੇ ਸੀ, ਤੂੰ ਕੀ ਕਰਨਾ ਇਹਨਾਂ ਦੇ ਘਰੇ ਵੀ ਕੋਈ ਡਰ ਦਾ ਦਿਹਾੜੀਆ ਜਾਂ ਸੀਰੀ। ਮੇਰਾ ਮੇਰਾ ਇੱਕ ਸੀਰੀ ਸੀਗਾ, ਮੇਰਾ ਲੇਬ ਮੇਰੇ ਕੰਮ ਕਰਦਾ ਕਰਾ, ਉਹਨੇ ਬੜੀ ਦਾੜੀ ਕੇਸ ਰੱਖੀ ਗੁਰਸਿੱਖ ਸੀਗਾ, ਉਹਨੂੰ ਵੀ ਸੀਰੀ ਸਟਾਫ ਬਠਿੰਡੇ ਵਾਲੇ ਚੱਕ ਕੇ ਲੈ ਗਏ ਨਾਲ। ਫਿਰ ਉਹਨੂੰ ਕੁੱਟਿਆ, ਕੁੱਟ ਕੇ ਕਹਿੰਦੇ ਵੀ ਤੂੰ ਉਹਦਾ ਕੰਮ ਛੱਡ ਕੇ ਭੱਜ ਆ ਵੀ ਮਤਲਬ ਕਿ ਇਹਨੂੰ ਵੀ ਉਹਦਾ ਕਹਿਣ ਤੋਂ ਬਾਵਾ ਜੇ ਇਹ ਕੰਮ ਕਰਨੇ ਘਰੇ ਵੀ ਸੌਖੇ ਰਹਿਣਗੇ, ਪੜ੍ਹਾਈ ਬੱਚਿਆਂ ਨੂੰ ਸਕੂਲੋਂ ਪੜ੍ਹਨ ਹਟਾਉਣਾ ਵੀ ਤੁਸੀਂ ਘਰੇ ਰਹੋ, ਜਾਂ ਬੀਬੀਆਂ ਨੂੰ ਬੇਪਤ ਕਰਨਾ ਜਾਂ ਬੀਬੀਆਂ ਨੂੰ ਬੀਬੀਆਂ ਨਾਲ ਸਰੀਰ ਹਰਕਤਾਂ ਕਰਨੀਆਂ, ਇਹ ਪੰਜਾਬ ਪੁਲਿਸ ਜਾਣ ਕੇ ਕਰ ਦਿੰਦੀ ਆ ਤਾਂ ਕਿ ਇਸ ਲਹਿਰ ਨੂੰ ਖਾੜਕੂ ਲਹਿਰ ਨੂੰ ਬਦਨਾਮ ਕੀਤਾ ਜਾ ਸਕੇ। ਇਸੇ ਤਰ੍ਹਾਂ ਇੱਥੇ ਇੱਕ ਕੈਟ ਆ ਡਾਕਟਰ ਸਰਬਜੀਤ ਰਾਜਾ ਜੋ ਮਾਲਵੇ ਦੇ ਵਿੱਚ ਸਾਡੇ ਵਿੱਚ ਘੁਸਪੈਠ ਕਰ ਗਿਆ ਸੀਗਾ, ਪਰ ਅਸੀਂ ਉਹਦੇ ਬੜਾ ਜ਼ੋਰ ਲਾਇਆ ਉਹਨੇ ਮੇਰੇ ਮੈਨੂੰ ਖਤਮ ਕਰਨ ਵਾਸਤੇ, ਪਰਮਾਤਮਾ ਨੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਬਚ ਗਿਆ। ਉਹਨੇ ਇਸੇ ਤਰ੍ਹਾਂ ਸਾਊਥ ਸਿੰਘ ਸੀ ਗੋਲੇ ਵਾਲੇ ਦੇ ਇੱਕ ਸਿੰਘ, ਉਹਨਾਂ ਦੇ ਘਰੇ ਜਾ ਕੇ ਪਹਿਲਾਂ ਤਾਂ ਜਾਂਦਾ ਰਿਹਾ, ਕਦੇ ਪਿਸਤੌਲ ਰਿਵਾਲਵਰ ਕੱਢ ਕੇ ਰੱਖ ਦਿਆ ਕਰੇ, ਕਦੇ ਲੈ ਜਾ ਕਰੇ, ਫਿਰ ਇੱਕ ਦਿਨ ਇਸੇ ਤਰ੍ਹਾਂ ਇੱਕ ਦਿਨ ਉਹਨਾਂ ਦੇ ਘਰੇ ਰਿਵਾਲਵਰ ਪੱਕਾ ਰੱਖ ਗਿਆ, ਕਹਿੰਦਾ ਮੈਂ ਫੇਰ ਲੈ ਕੇ ਜੋ ਮੈਂ ਬਾਹਰ ਜਾਣਾ। ਉਹਨਾਂ ਦੀ ਲੜਕੀ ਦੇ ਨਾਲ ਇਹਨਾਂ ਨੇ ਗਲਤ ਕੰਮ ਕੀਤੇ ਅਤੇ ਨਾਲੇ ਉਹਨਾਂ ਨੂੰ ਅਸਲਾ ਦੇ ਕੇ ਉਹਨੂੰ ਪਰਿਵਾਰ 'ਚ ਕਰਤਾ ਸਾਊ ਸਿੰਘ ਡਾਕਟਰ ਸਰਬਜੀਤ ਸਿੰਘ ਰਾਜਾ। ਇੱਕ ਹੋਰ ਕਮਾਲ ਦੀ ਗੱਲ ਤੁਹਾਨੂੰ ਦੱਸਦਾ ਭਾਈ ਸਾਹਿਬ, ਤੁਸੀਂ ਹੈਰਾਨ ਰਹਿ ਜਾਓਗੇ ਵੀ ਪੰਜਾਬ ਗੁਰਮੀਤ ਪੈਂਕੀ ਪੁਲਿਸ ਕੈਟ ਸੀਗਾ ਜਿਹਨੇ ਭਾਈ ਹਵਾਰਾ ਹੁਣ ਭਾਈ ਸਾਹਿਬ ਨੂੰ ਫੜਾਇਆ, ਉਹ ਗੁਰਮੀਤ ਪੈਂਕੀ ਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਆ, ਉਹਦੀ ਸਜ਼ਾ ਤਾਂ ਜਿਹੜੀ ਆ ਸਰਕਾਰ ਮਾਫ਼ ਕਰ ਦਿੰਦੀ ਆ। ਇਸੇ ਤਰ੍ਹਾਂ ਇੱਕ ਡੀ ਐੱਸ ਪੀ ਸੁਖਦੇਵ ਸਿੰਘ ਚਾਹ ਸੀਗਾ ਜਿਹਨੇ ਭਾਈ ਬਸ਼ੀਰ ਮੁਹੰਮਦ ਬੱਬਰ ਭੰਮੇ ਕਲਾਂ ਨੂੰ ਜਾ ਕੇ ਕਲਕੱਤੇ ਸ਼ਹੀਦ ਕੀਤਾ, ਉਹਨੂੰ ਉਮਰ ਕੈਦ ਕਲਕੱਤਾ ਹਾਈਕੋਰਟ ਕਰ ਦਿੰਦੀ ਆ। ਗਵਰਨਰ ਪੰਜਾਬ ਸਿਫਾਰਿਸ਼ ਕਰਕੇ ਉਹਦੀ ਸਜ਼ਾ ਮਾਫ਼ ਕਰਦਾ ਤਾਂ ਉਹ ਐੱਸ ਐੱਸ ਪੀ ਹੁਣ ਉਹ ਜਿਹੜਾ ਮਤਲਬ ਕਿ ਉਹ ਅਤੇ ਜੇ ਪ੍ਰੋਫੈਸਰ ਭੁੱਲਰ ਆ ਸਾਡੇ ਨਾਲ ਰਿਹਾ ਬੜੀ ਗੁਰਸੁੱਖ ਰੂ ਆ ਵੀ ਉਹਨੂੰ ਕਹਿੰਦੇ ਵੀ ਅੱਤਵਾਦੀ ਆ ਪੰਜਾਬ 'ਚ ਨਾ ਆਵੇ। ਇਸ ਤਰ੍ਹਾਂ ਜਿਹੜੇ ਡਾਕਟਰ ਸਰਬਜੀਤ ਰਾਜੇ ਦੀ ਗੱਲ ਕਰਦਾ, ਉਹਨੂੰ ਨਾ 10 ਸਾਲ ਭੁੱਕੀ ਦੇ ਵਿੱਚ ਸਜ਼ਾ ਹੋਈ, ਉਹਨੇ ਭੁੱਕੀ ਰਾਜਸਥਾਨ ਤੋਂ ਭੁੱਕੀ ਲਿਆ ਰਿਹਾ ਸੀਗਾ। ਮਤਲਬ ਕਿ ਉਹ ਡਾਕਟਰ ਸਰਬਜੀਤ ਰਾਜੇ ਨੇ ਭਾਈ ਬਸ਼ੀਰ ਮੁਹੰਮਦ ਦਾ ਨਾ ਭਾਈ ਜਗਰਾਜ ਸਿੰਘ ਬੱਬਰ ਰਸ਼ੀਨ ਉਹਨੂੰ ਬਕਾਇਦਾ ਉਹਨੇ ਸ਼ਹੀਦ ਕਰਾਇਆ। ਭਾਈ ਮਹਿੰਦਰ ਸਿੰਘ ਬੱਬਰ ਸੀਵੀਆਂ ਉਹਨੂੰ ਵੀ ਇਹਨੇ ਡਾਕਟਰ ਰਾਜੇ ਨੇ ਸ਼ਹੀਦ ਕਰਾਇਆ। 10 ਸਾਲ ਦੀ ਉਹਨੂੰ ਸਜ਼ਾ ਹੁੰਦੀ ਭੁੱਕੀ 'ਚ ਡਾਕਟਰ ਨੂੰ, ਅਤੇ ਮਤਲਬ ਕਿ ਗਵਰਨਰ ਪੰਜਾਬ ਨੂੰ ਸਿਫਾਰਿਸ਼ ਕਰਕੇ ਆਹ ਸੀ ਐੱਮ ਓ ਦੀ ਸਜ਼ਾ ਮਾਫ਼ ਕਰਾ ਦਿੰਦਾ। ਉਹਦੇ ਸ਼ਰਾਬ ਪੀ ਕੇ ਉਹਦੇ ਗੁਰਦੇ ਗਲ ਗਏ, ਜੋ ਗੁਰਦੇ ਗਲ ਗਏ ਉਹਨੂੰ ਮਤਲਬ ਕਿ 10 ਲੱਖ ਸੀ ਐੱਮ ਫੰਡ 'ਚੋਂ ਉਹਦਾ ਇਲਾਜ ਕਰਾਇਆ ਇਹਨਾਂ ਨੇ। ਅਤੇ ਪੰਜਾਬ ਪੁਲਿਸ ਦਾ ਅਤੇ ਜਿਹੜੀ ਸਮੇਂ ਦੀ ਅਕਾਲੀ ਸਰਕਾਰ ਦਾ ਆਹ ਗੂੜਾ ਨਾਤਾ। ਜੇਕਰ ਹੁਣ ਖਾੜਕੂ ਸਿੰਘਾਂ ਦੇ ਜਿਨ੍ਹਾਂ ਦੇ ਕਰਜ਼ੇ ਦੇ ਬਾਰੇ ਪਏ ਆ, ਜਿਸ ਨਾ ਤਾਂ ਕਿਸੇ ਖਾੜਕੂ ਦੇ ਦਾ ਇਹਨਾਂ ਨੇ ਕਰਜ਼ਾ ਮਾਫ਼ ਕੀਤਾ, ਨਾ ਸਰਕਾਰ ਨੇ ਕਦੇ ਆਰਥਿਕ ਮਦਦ ਕੀਤੀ ਆ। ਤੁਹਾਡੇ ਵਰਗੇ ਸੱਜਣ ਮਿੱਤਰ ਹੈਗੇ ਜਿਹੜੇ ਉਹ ਸਾਡੀ ਮਦਦ ਕਰ ਰਹੇ ਇੱਕ ਵੱਖਰੀ ਗੱਲ ਆ, ਪਰ ਇਹਨਾਂ ਨੇ ਸਰਕਾਰ ਨੇ ਉਲਟਾ ਤੰਗ ਹੀ ਕੀਤਾ ਵੀ ਜਿੰਨਾ ਵੀ ਹੋ ਸਕੇ। ਭਾਈ ਮਨਜਿੰਦਰ ਸਿੰਘ ਈਸੀ ਸੀ ਮੇਰੇ ਨਾਲ, ਉਹਦੀ ਸਾਰੀ ਇਹਨਾਂ ਨੇ ਪੈਲੀ ਵਾਹਤੀ, ਮੋਟਰਾਂ ਵੀ ਟੋਇਆਂ 'ਚ ਪਾਈਪਾਂ ਪੱਟ ਕੇ ਲੈ ਗਏ, ਬੂਹੇ ਵੀ ਲਾ ਕੇ ਲੈ ਗਏ ਘਰਾਂ ਦੇ ਬੂਹੇ, ਜਿਹੜੇ ਉਹ ਘਰਾਂ ਦੇ ਬੂਹੇ ਵੀ ਲਾ ਕੇ ਲੈ ਗਏ ਵੀ ਉਹ ਘਰਾਂ ਦੇ ਬੂਹੇ ਇਹਨਾਂ ਦੇ ਕਿਸ ਕੰਮ ਆਉਣੀ ਆ। ਫਿਰ ਸਾਰੇ ਪਿੰਡ ਦੇ ਵਿਚਾਲੇ ਪਿੰਡ ਇਕੱਠਾ ਕਰ ਲੈਣਾ, ਸਾਰੇ ਪਿੰਡ ਦੇ ਵਿਚਾਲੇ ਸਾਨੂੰ ਇਕੱਠਾ ਕਰਕੇ ਭਾ ਲੈਣਾ, ਇਕੱਠੇ ਕਰਕੇ ਭਾ ਕੇ ਉਹਨਾਂ ਨੂੰ ਸਾਰਿਆਂ ਨੂੰ ਕੁੱਟਣਾ। ਫਿਰ ਇਸੇ ਤਰ੍ਹਾਂ ਦਾਨ ਸਿੰਘ ਵਾਲੇ ਦਾ ਇੱਕ ਕੇਸ ਹੋਇਆ ਭਾਈ, ਮੈਂ ਉਹ ਪਰਿਵਾਰ ਕੋਲ ਗਿਆ, ਮੈਂ ਦੱਸਦਾ ਤੁਹਾਨੂੰ ਮੈਂ ਕਿਸ ਤਰ੍ਹਾਂ ਪਰਿਵਾਰਾਂ ਕੋਲ ਜਾਂਦਾ ਰਿਹਾ। ਜਦੋਂ ਦਾਨ ਸਿੰਘ ਵਾਲੇ ਪਰਿਵਾਰ ਦੇ 4 ਬੰਦੇ ਪੇਸ਼ ਹੋਏ, 4 ਬੰਦੇ ਉਹਨਾਂ ਨੇ ਮੁੰਡੇ ਪਿੰਡ ਦੇ ਨੇ ਪੇਸ਼ ਕਰਾ ਦਿੱਤੇ ਪੰਚਾਇਤ ਨੇ। ਜਦੋਂ ਪੰਚਾਇਤ ਗਈ ਮੁੰਡਿਆਂ ਦੇ ਮਗਰ ਅਗਲੇ ਦਿਨ, ਅਤੇ ਮੁੰਡਿਆਂ ਨੇ ਕਈ ਉਹ ਪੰਚਾਇਤ ਨੂੰ ਭਾਲਿਆ, ਭਾ ਕੇ ਕਹਿੰਦੇ ਇੱਕ ਦੂਜੇ ਦੇ ਥੱਪੜ ਮਾਰੋ ਵੀ ਲੋਕਤੰਤਰ ਢੰਗ ਨਾਲ ਚੁਣੀ ਹੋਈ ਪੰਚਾਇਤ ਆ ਮੇਰੀ ਗੱਲ ਸਮਝੇ ਵੀ ਉਹਨਾਂ ਨੂੰ
ਲੋਕ ਤਾਂ ਨਹੀਂ ਟੂਣੀ ਹੋਈ ਸਰਪੰਚ ਸਰਪੰਚਾਂ ਦੀ ਪੰਚਾਇਤ ਨੂੰ ਐਂ ਖੜਾ ਲਿਆ ਲੈਣ 'ਚ, ਕਹਿੰਦੇ ਇੱਕ ਦੂਜੇ ਥੱਪੜ ਮਾਰੋ। ਫਿਰ ਬਾਅਦ ਦੇ ਵਿੱਚ ਕੀ ਕੀਤਾ, ਉਹ ਚਾਰੇ ਮੁੰਡੇ ਸੋਹਣ ਸਿੰਘ, ਕੁਲਦੀਪ ਸਿੰਘ, ਨਹਿਰੂ, ਆਹ ਚਾਰ ਮੁੰਡੇ ਜਿਹੜੇ ਅਮਰਜੀਤ ਸਿੰਘ, ਇਹਨਾਂ ਚਾਰਾਂ ਨੂੰ ਇਹਨਾਂ ਨੇ ਗੋਲੀਆਂ ਮਾਰੀਆਂ, ਪਹਿਲਾਂ ਮਾਰਤਾ ਮੁੜ ਕੇ ਉਤੋਂ ਦੇ ਕੈਂਟਰ ਲੰਘਾ ਦਾ, ਬੇਪਛਾਣ ਹੋ ਜਾਣਾ। ਉਹ ਚਾਰੇ ਪਰਿਵਾਰ ਅੱਜ ਵੀ ਦਰਦ ਦੇ ਠੋਕਰਾਂ ਖਾਂਦੇ ਫਿਰਦੇ ਆ, ਕੋਈ ਦਿਹਾੜੀ ਕਰਦਾ, ਕੋਈ ਕੁਛ ਕਰਦਾ। ਇਸੇ ਤਰ੍ਹਾਂ ਮਨਜੀਤ ਪੱਪੂ ਸੀਗਾ, ਹਰੀਨੌਦਾ ਸਿੰਘ, ਉਹਦੇ ਮਾਂ ਅੱਜ ਵੀ ਦਿਹਾੜੀਆਂ ਕਰਦੀ ਸੀ, ਅੱਜ ਵੀ ਉਹ ਜਿਹੜੀ ਮਾਤਾ ਦਿਹਾੜੀਆਂ ਕਰਨ ਜਾਂਦੀ, ਕਿਸੇ ਨਰਮਾ ਚੁਗਣ ਚਲੀ ਗਈ, ਕਿਸੇ ਦਾ ਕੁਛ ਕਰਨ ਚਲੀ ਗਈ, ਵੀ ਆਰਥਿਕ ਤੌਰ 'ਤੇ ਜਾਣ ਕੇ ਆਹ ਪੁਲਿਸ ਕਰਦੀ। ਫਿਰ ਇੱਕ ਗੱਲ ਆ, ਜ਼ਮੀਨਾਂ ਜਿਹੜੀਆਂ ਖਾੜਕੂਆਂ ਦੀਆਂ ਵਿਕਾਈਆਂ, ਪੁਲਿਸ ਨੇ ਵਿਕਾਈਆਂ, ਉਹ ਜਾਣ ਕੇ ਮੰਦੇ ਭਾਅ ਵਿਕਾਈਆਂ, ਵੀ ਚੰਗੇ ਇਹਨਾਂ ਨੂੰ ਰੇਟ ਨਾ ਮਿਲ ਸਕਣ। ਮੈਂ ਜਦੋਂ ਭਾਈ ਬਲਵੀਰ ਸਿੰਘ ਮੈਂ ਅਤੇ ਸੁਖਮੰਦਰ ਸਿੰਘ ਨਾਲ ਤਿਹਾੜ ਜੇਲ੍ਹ 'ਚ ਗਿਆ, ਤਿਹਾੜ ਜੇਲ੍ਹ ਦਾ ਜਿਹੜਾ ਮਤਲਬ ਕਿ ਦੁਆਰਾ ਤੁਹਾਨੂੰ ਪਹਿਲਾਂ ਵੀ ਦੱਸਣ ਲੱਗਾ ਸੀਗਾ, ਤਿਹਾੜ ਜੇਲ੍ਹ ਦਾ ਐਡਾ ਗੰਦਾ ਸਿਸਟਮ ਆ, ਬਾਹਰੋਂ ਤੁਸੀਂ ਮੂੰਗਫਲੀ ਨਹੀਂ ਲਿਆ ਸਕਦੇ, ਕੇਲਾ ਨਹੀਂ ਲਿਆ ਸਕਦੇ, ਟੁੱਥਪੇਸਟ ਨਹੀਂ ਤੁਸੀਂ ਲਿਆ ਸਕਦੇ, ਸੰਤਰੇ ਛਿੱਲਣ ਵਾਲੀ ਕੋਈ ਵੀ ਚੀਜ਼ ਨਹੀਂ ਲਿਆ ਸਕਦੇ ਬਾਹਰੋਂ, ਵੀ ਜੋ ਕੁਛ ਹੈ ਤੁਹਾਨੂੰ ਅੰਦਰੋਂ ਲੈਣਾ ਪੈਣਾ। ਮੇਰੀ ਪਹਿਲੀ ਵਾਰੀ ਜਦੋਂ ਮੈਂ ਫੜਿਆ ਗਿਆ, ਮਤਲਬ ਕਿ ਦਿੱਲੀ ਗਿਆ, ਮੈਂ 9 ਮਹੀਨੇ ਬਾਅਦ, ਮੇਰਾ ਬੇਟਾ ਬਿਮਾਰ ਆ ਕੌਮਾ 'ਚ, ਵੀ ਉਹ ਪਹਿਲੀ 9 ਮਹੀਨੇ ਬਾਅਦ ਮੇਰੇ ਕੋਲ ਪਹਿਲੀ ਵਾਰੀ ਜਾਂਦਾ। ਜੇ ਤਾਂ ਉੱਥੇ ਲਿਖਤਾ ਵੀ ਮੈਂ ਮਤਲਬ ਕਿ ਪੈਂਟ ਦੇਣੀ ਹੈ ਤਾਂ ਪੈਂਟ ਹੀ ਦੇਣੀ, ਪਜਾਮਾ ਨਹੀਂ ਦੇਣਾ। ਔਰ ਵੈਸੇ ਮਤਲਬ ਕਿ ਕੋਈ ਚੀਜ਼ ਵੀ ਨਹੀਂ ਜਾ ਸਕਦੀ ਅੰਦਰ, ਮਤਲਬ ਕਿ ਦੁੱਧ ਦਾ ਪੈਕਟ ਆਉਣਾ, ਵੀ ਦੁੱਧ ਨੂੰ ਮੂੰਹ ਲਾ ਕੇ ਉੱਥੇ ਪੈਕਟ ਦੇਣਾ, ਉੱਥੇ ਕੋਲ ਬੈਠੇ ਨੇ ਪੀ ਲੈਣਾ, ਵੀ ਚਮਚਾ ਵੀ ਨਹੀਂ ਪਲਾਸਟਿਕ ਦਾ, ਗਲਾਸ ਵੀ ਪਲਾਸਟਿਕ ਦਾ, ਰੋਟੀ ਦਾ ਡੱਬਾ ਵੀ ਪਲਾਸਟਿਕ ਦਾ, ਨਾ ਕੋਈ ਚਾਹ ਬਾਹਰੋਂ, ਜੇਕਰ ਪਰਿਵਾਰ ਸਾਨੂੰ ਰੋਟੀ ਦੇ ਕੇ ਜਾਂਦਾ ਸੀ ਉੱਥੇ ਬਾਹਰੋਂ ਕੋਈ ਆ ਗਿਆ, ਉਹ ਕੋਲੇ ਭਾ ਕੇ ਖਾਣੇ ਵੀ ਖਾ ਲਾ, ਇੱਥੇ ਬਹਿ ਕੇ ਖਾ ਲਾ, ਜਿੰਨੀ ਖਾਣ ਦੀ ਖਾ ਲਾ, ਬਾਕੀ ਫਿਰ ਕੋਈ ਡੱਬਾ ਪਿਆ ਹੁੰਦਾ ਡੱਬੇ ਛੱਡ ਦਿਉ, ਜੇ 6 ਫੁਲਕੇ ਆਏ ਆ ਤਾਂ ਖਾ ਲਏ, ਜੇ ਗਿਣ ਕੇ ਪੀਸ ਦੇਣੇ 6, ਉਹਨਾਂ ਨੇ 6 ਪੀਸ ਦੇਣੇ, 6 ਅੰਬ ਲੈ ਲਓ, 6 ਜਾਂ ਕੁਛ ਵੀ ਚੀਜ਼ ਲੈਣੀ, ਉਹ 6 ਪੀਸ ਹੀ ਉਹਨਾਂ ਨੇ ਦੇਣੇ ਆ। ਵੀ ਇਸ ਤਰ੍ਹਾਂ ਦੀ ਹਾਲਤ ਜਿਹੜੀ ਉੱਥੇ ਆ ਸਾਡੀ, ਜਿਹੜੇ ਕੱਪੜੇ ਵਗੈਰਾ ਜਿਹੜੇ ਮੈਂ ਤੁਸੀਂ ਨਾ ਕੱਪੜੇ ਵਗੈਰਾ ਜਿਹੜੇ ਮਤਲਬ ਕਿ ਜੋ ਲਿਖੇ ਗਏ ਉਹੀ ਆ, ਸਰਕਾਰੀ ਕੰਬਲ ਆ, ਉਹੀ ਸਰਕਾਰੀ ਕੰਬਲ ਹੀ ਵਰਤਦੇ ਹਾਂ, ਬਾਹਰੋਂ ਪ੍ਰਾਈਵੇਟ ਕੰਬਲ ਵੀ ਨਹੀਂ ਲਿਆ ਸਕਦੇ। ਫਿਰ ਤੁਸੀਂ ਕਹਿੰਦੇ ਚੱਕੀਆਂ ਦਾ ਜਿਹੜਾ ਐਡਾ ਹੈਗਾ, ਵੀ ਵਿੱਚੇ ਲੈਟਰਨ ਬਾਥਰੂਮ ਚੱਕੀ ਦੇ ਵਿੱਚ, ਵਿੱਚੇ ਸਾਰਾ ਕੁਛ ਆ, ਵੀ ਇੱਕ ਚੱਕੀ ਆ, ਚੱਕੀ ਦੇ ਪੂਰੇ ਫਿਰ ਪਿੰਜਰਾ ਬਣਿਆ, 6 ਸੂਤ ਮੋਟਾ ਆ, ਮਤਲਬ 8 ਸੂਤ ਮੋਟੀ ਬਣਦਾ, ਅਤੇ ਉਹ ਬਸ ਹੋ ਗਿਆ ਇੱਕ ਦਾ ਕੰਬਲ, ਉਹ ਵੀ ਪੈਸੇ ਨਾਲ ਆਏ, ਜੇ ਥਾਂ ਜਿਹੜੀ ਆ 3 ਫੁੱਟ ਥਾਂ, ਸਾਡੀ 3 ਫੁੱਟ ਥਾਂ ਅਤੇ ਲੰਬਾਈ, ਉਹ ਨਾਲ ਨਾਲ ਜੇ ਪਾਸਾ ਲੈਣਾ ਅਸੀਂ ਉੱਥੇ, ਵੀ ਪਾਸਾ ਬਹਿ ਕੇ ਪਹਿਲਾਂ ਬਹਿਣਾ ਫਿਰ ਪਾਸਾ ਲੈਣਾ, ਵੀ ਆ ਇਸ ਤਰ੍ਹਾਂ ਦੀ ਹਾਲਾਤ ਆ। ਵੀ ਜੇ ਹੁਣ ਜਿਹੜੀ ਬੈਰਕਾਂ ਦੇ ਵਿੱਚ ਇੰਨੀ ਬੁਰੀ ਹਾਲਤ ਆ, ਕੇਰਾਂ ਉੱਥੇ 5 ਨੰਬਰ ਜੇਲ੍ਹ ਦੇ ਵਿੱਚ ਅਲਾਰਮ ਹੋ ਗਿਆ, ਉਹ ਕੋਈ ਸਲੀਮ ਖਾਨ ਨਾਂ ਦਾ ਮੁੰਡਾ ਸੀਗਾ, ਉਹਨੂੰ ਮਤਲਬ ਕਿ ਲੈਟਰਨ ਸਾਫ਼ ਕਰਨ ਵਾਸਤੇ ਕਹਾ ਸੀ, ਤੂੰ ਲੈਟਰਨ ਸਾਫ਼ ਕਰ, ਕਹਿੰਦਾ ਮੈਂ ਨਹੀਂ ਕਰਦਾ ਗਾ, ਉਹਨੂੰ ਚੱਕਰ ਦੇ ਵਿੱਚ ਲਿਆਉਂਦਾ, ਚੱਕਰ ਦੇ ਵਿੱਚ ਉਹਨੂੰ ਕੁੱਟਿਆ ਲਾਠੀ ਚਾਰਜ ਕਰਕੇ, ਅਲਾਰਮ ਕਰਕੇ ਕੁੱਟਣ ਤੋਂ ਬਾਅਦ ਜਦੋਂ ਦੇਖਿਆ ਸਹਿਕਦਾ ਸੀਗਾ, ਉੱਥੇ ਜਿਹੜਾ ਜੇਲ੍ਹ ਸੁਪਰਡੈਂਟ ਸੀਗਾ ਉਹਨੇ ਚੱਕ ਕੇ ਗਮਲਾ ਉਹਦੇ ਸਿਰ 'ਚ ਮਾਰ ਕੇ ਉਹਨੂੰ ਥਾਂ 'ਤੇ ਮਾਰਤਾ। ਅਲਾਰਮ ਅਲੂਰਮ ਜੇਲ੍ਹ ਦੇ ਵਿੱਚ ਚਲਾਉਣੇ ਤਾਂ ਸਧਾਰਨ ਗੱਲ ਹੈ, ਅਲਾਰਮ ਕਰ ਦਿੰਦੇ, ਅਲਾਰਮ ਕਰਕੇ ਲਾਠੀ ਚਾਰਜ ਕਰ ਦਿੰਦਾ, ਉਹਨਾਂ ਦਾ ਬਹਾਨਾ ਬਣਾਇਆ। ਗੁਰਦੁਆਰਾ ਸਾਹਿਬ ਭਾਈ ਸਾਹਿਬ ਨਹੀਂ, ਸਾਡੇ ਗੁਰੂ ਘਰ ਵਾਲੇ, ਅਸੀਂ ਬਹੁਤ ਵਾਰੀ ਬੇਨਤੀ ਕੀਤੀ ਵੀ ਸਾਨੂੰ ਗੁਰਦੁਆਰਾ ਸਾਹਿਬ ਜੇਲ੍ਹ ਦੇ ਵਿੱਚ ਬਣਾਇਆ ਜਾਵੇ। ਇੱਕ ਗੱਲ ਹੋਰ ਵੀ ਆ, ਤਿਹਾੜ ਜੇਲ੍ਹ ਦੇ ਵਿੱਚ ਸਾਰੇ ਮਾਝਵਾਂ ਦੇ ਲੋਕ ਆਉਂਦੇ ਆ, ਸਾਰੇ ਮਾਝਵਾਂ ਦੇ, ਉੱਥੇ ਦਿਵਿਆ ਜੇਤੂ ਵਾਲੇ ਆ ਗਏ, ਬ੍ਰਹਮ ਕੁਮਾਰੀਆਂ ਆ ਗਈਆਂ, ਜਾਂ ਇਹਨਾਂ ਦੇ RSS ਵਾਲੇ ਆ ਗਏ, ਉਹ ਸਾਰੇ ਪ੍ਰਚਾਰ ਕਰਦੇ ਆ। ਪਰ ਤਿਹਾੜ ਜੇਲ੍ਹ ਦੇ ਵਿੱਚ ਸਿੱਖ ਗ੍ਰੰਥੀ ਦਾ ਕੋਈ ਪ੍ਰਬੰਧ ਨਹੀਂ, ਸਿੱਖਾਂ ਵਾਸਤੇ ਕੋਈ ਪ੍ਰਬੰਧ ਨਹੀਂ ਆ। ਗੁਰੂ ਤੇਗ ਬਹਾਦਰ ਜੀ ਦਾ ਜਨਮ ਸ਼ਹੀਦੀ ਦੇਣਾ ਜਿਹੜੇ ਉਹ ਸੰਗਤ ਇਕੱਠੀ ਹੋ ਕੇ ਮਨਾਉਂਦੀ ਆ, ਸਿੱਖ ਜਿਹੜੇ ਉਹ ਆਪਦੇ ਕੋਲੋਂ ਪੈਸੇ ਇਕੱਠੇ ਕਰਕੇ, ਫਿਰ ਤਿਉਹਾਰ 'ਚ ਜਿਹੜੇ ਪੈਸੇ ਜਿਹੜੇ ਉਹਨਾਂ ਨੇ ਬਾਹਰ ਹੀ ਫੜ ਲੈਣਾ, ਪੈਸੇ ਜਿਹੜੇ ਬਾਹਰ ਉਹਨਾਂ ਦੇ ਕਰਦੇ ਜੇ 100-200 ਦਿੰਦੇ, ਉਹਨਾਂ ਡਿਊਟੀ ਜਮ੍ਹਾਂ ਕਰਾਉਣੇ ਆ, ਉਹ ਜਮ੍ਹਾਂ ਕਰਾ ਕੇ ਸਾਨੂੰ ਕੂਪਨ ਦੇ ਦਿੰਦੇ ਸੀਗਾ, ਵੀ ਕੂਪਨਾਂ ਨਾਲ ਵਰਤੋਂ ਕਰੋ। ਫਿਰ ਇੱਕ ਗੱਲ ਹੋਰ, ਨਾ ਤਾਂ ਉੱਥੇ ਕੋਈ ਆਪਾਂ ਜੋ ਦਾਲ ਵੀ ਤਰੀ ਵਾਲੀਆਂ ਭਿੰਡੀਆਂ, ਤਰੀ ਵਾਲਾ ਹੀ ਗੁਆਰਾ, ਤਰੀ ਵਾਲਾ ਹੀ ਪੇਠਾ, ਪੇਠੇ ਨੂੰ ਸੀਧਾ ਫਲ ਕਹਿੰਦੇ, ਵੀ ਸੀਧਾ ਫਲ ਆ ਗਿਆ, ਤਰੀ ਵਾਲਾ ਹੀ ਸਾਰਾ ਕੁਛ ਆ, ਵੀ ਮਤਲਬ ਕਿ 3 ਰੋਟੀਆਂ ਦਿੰਦੇ ਆ ਤਕਰੀਬਨ, ਸਕੂਟਰ ਦੇ ਟਾਇਰ ਜਿਹੜੇ 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 ਚੌੜੇ 3 ਰੋਟੀਆਂ, ਜੇ ਉਹਨਾਂ ਨੂੰ ਝਾੜੀ ਜਾਈਏ ਝਾੜੀ ਸਾਰੀਆਂ ਰੋਟੀਆਂ ਝੜ ਜਾਂਦੀਆਂ, ਵੀ ਆਹ ਹਾਲਾਤ ਹੈਗੇ ਉੱਥੇ। ਅਤੇ ਜਿਹੜੇ ਮੁੰਡੇ ਸਿੱਖ ਆਪਣੇ ਅਖਲਾਕੀ ਸੀ ਨਜ਼ਰਬਾਂ ਦੇ, ਭੁੱਲਰ ਸਾਹਿਬ, ਦਿਆ ਸਿੰਘ ਲਹੋਰੀਆ, ਜਾਂ ਹੁਣ ਭਾਈ ਸਾਹਿਬ ਵਾਰ ਹੁਣੀ ਬੰਦ ਆ, ਜਾਂ ਬੈਂਸ ਸਾਹਿਬ ਬੰਦ ਰਹੇ ਆ, ਉਹ ਆਪਦੀ ਜ਼ੁਰਤ ਨਾਲ ਉੱਥੇ ਰਹੇ ਲੜਕੇ ਉਹਨਾਂ ਨਾਲ, ਵੀ ਅਸੀਂ ਦਸਤਾਰ ਨੂੰ ਹੱਥ ਨਹੀਂ ਲਾਉਣ ਦੇਣਾ, ਅਸੀਂ ਜਿਹੜੇ ਕਛਹਿਰੇ ਨੂੰ ਹੱਥ ਨਹੀਂ ਲਾਉਣ ਦੇਣਾ, ਅਸੀਂ ਕੜਾ ਨਹੀਂ ਲਾਉਣਾ। ਆਹ ਸਾਡਾ ਆਮ ਹੀ ਉੱਥੇ ਉਹਨਾਂ ਨਾਲ ਜਿਹੜੇ ਆ ਤਾਮਿਲਨਾਡੂ ਦੀ ਪੁਲਿਸ ਆ, ਉਹਨਾਂ ਨਾਲ ਸਾਡਾ ਆਹ ਮਤਲਬ ਕਿ ਝਗੜਾ ਹੁੰਦਾ ਰਹਿੰਦਾ ਸੀਗਾ। ਭਾਈ ਸਾਹਿਬ ਮੇਰੀ ਜਿਹੜੀ ਆ ਸਾਡੇ ਕੋਲ ਮਤਲਬ ਕਿ ਮੇਰੀ ਮੁਲਾਕਾਤ ਸਾਰੀਆਂ
ਸਾਰੇ ਜੇਲ੍ਹ ਜੇਲ੍ਹ ਦੇ ਵਿੱਚ ਤਿੰਨ ਕੁ ਮੁਲਾਕਾਤਾਂ ਮੇਰੀਆਂ ਤੋਂ ਹੋਈਆਂ, ਕਿਉਂਕਿ ਮੈਂ ਪੰਜਾਬ, ਮੈਨੂੰ ਪੰਜਾਬ ਦੇ ਵਿੱਚ ਮੇਰੇ ਕੇਸ ਸੀਗੇ, ਮੈਨੂੰ ਉੱਥੋਂ ਗਾਰ ਸਪੈਸ਼ਲ ਕਮਾਂਡੋ ਜਿਹੜੇ ਸੀਗੇ ਉਹ ਪੰਜਾਬ ਵਿੱਚ ਲੈ ਕੇ ਆਉਂਦੇ ਸੀ, ਮੈਂ ਇੱਥੇ ਪਰਵਾ ਇੱਥੇ ਮਿਲ ਲੈਂਦਾ ਸੀਗਾ, ਦਿੱਲੀ ਮੈਂ ਨਹੀਂ ਮਤਲਬ ਕਿ ਮੁਲਾਕਾਤ ਹੁੰਦੇ ਆ। ਮੁਲਾਕਾਤਾਂ ਦਾ ਜਿਹੜਾ ਬਹੁਤ ਗਲਤ ਕੰਮ ਹੈ ਵੀ 4 ਫੁੱਟ ਥਾਂ ਦੂਰ ਇੱਧਰ ਵੀ ਸ਼ੀਸ਼ਾ ਲੱਗਿਆ, ਉੱਧਰ ਵੀ ਸ਼ੀਸ਼ਾ ਲੱਗਿਆ, ਵਿਚਾਲੇ ਫੋਨ ਵੀ ਦੂਰੋਂ ਆਪਾਂ ਹੱਥ ਬਾਹਰ ਹਿਲਾਉਂਦੇ ਦੀਦੇ ਹਾਂ ਗੱਲ ਕਰਨੀ ਫੋਨ 'ਤੇ, ਜੇ ਉਹ ਦੇਖਿਆ ਨਾ ਟੈਪ ਬੰਦ ਹੋ ਗਿਆ ਉਹਨਾਂ ਨੇ ਫੋਨ ਸਾਰੇ ਕੱਟ ਦੇਣੇ, ਨਾਲੇ ਉਹ ਫੋਨ ਟਰੇਸ ਕਰਦੇ ਆ ਮਤਲਬ ਕਿ ਸਾਰੇ ਵੀ ਕੀ ਗੱਲਾਂ ਕਰਦੇ ਆ, ਨਾਲੇ ਉਹ ਮਤਲਬ ਕਿ ਉਹ ਟਾਈਮ 'ਤੇ ਆਪਣੇ ਆਪ ਬੰਦ ਕਰਦੇ, ਸਿਰਫ ਸ਼ੀਸ਼ੇ ਦੇ ਵਿੱਚ ਹੀ ਸ਼ਕਲਾਂ ਹੀ ਦੀਆਂ ਇੱਕ ਦੂਜੀ, ਹੋਰ ਕੁਛ ਨਹੀਂ ਗਾ, ਹੋਰ ਮੁਲਾਕਾਤਾਂ ਦਾ ਕੋਈ ਐਵੇਂ ਫਾਲਤੂ ਗੱਲ ਆ। ਦੂਸਰੀ ਗੱਲ ਇਹ ਕਿ ਜਿਹਨਾਂ ਨੇ ਕਰਪਸ਼ਨ ਕਰਨੀ ਅਤੇ ਹਾਰ ਰਹੀ ਹੈ ਜੀ, ਕਰਪਸ਼ਨ ਜਿਹੜੀ ਉਹ ਹਿੰਦੁਸਤਾਨ ਦੀ ਕਰੰਸੀ ਨੂੰ ਫੇਲ ਕਰਦੀ ਆ, ਉਹ ਤੁਸੀਂ ਕਿਉਂ ਕਿਵੇਂ ਕਰਦੀ ਆ? ਜੇ ਤਾਂ ਆਪਾਂ ਵਾਰਡ ਨਾਲ ਜਿਹੜਾ ਸਾਡਾ ਇੰਚਾਰਜ ਆ, ਬੈਰਕ ਇੰਚਾਰਜ ਆ, ਚੱਕੀ ਇੰਚਾਰਜ ਆ, ਉਹਨੂੰ ਕਹਾਂਗੇ ਵੀ ਭਰਾਵਾ ਤੂੰ ਲਵੀ ਆ 100-500 ਮਗਰ 100 ਰੱਖ ਲਈ ਅਤੇ 400 ਰੁਪਇਆ ਦੇ ਦੀ, ਉਹ 400 ਰੁਪਏ ਦੇ ਕੂਪਨ ਲਿਆ ਕੇ ਦਿੰਦਾ, 400 ਦੇ 800 ਕੂਪਨ ਮਿਲ ਜਾਂਦੇ ਆ ਵੀ ਦੁੱਗਣੇ 'ਚ ਮੁੱਲ 'ਚ ਜਿਹੜੀ ਜੇਲ੍ਹ ਦੀ ਕਰਾਸੀ ਉਹ ਦੁੱਗਣੇ ਮਿਲ ਜਾ ਵੀ 400 ਜਿਹੜਾ ਤਾਂ ਰੁਪਇਆ ਬਾਹਰੋਂ ਆਉਂਦਾ ਜਿਹੜਾ 2 ਨੰਬਰ 'ਚ ਰਿਸ਼ਵਤ ਦੇ ਕੇ, ਉਹ 400 ਦੇ 800 ਕੂਪਨ ਮਿਲ ਜਾਂਦੇ ਆ ਜੇਲ੍ਹ ਦੇ ਵਿੱਚ ਹੀ ਵਰਤਣ ਨੂੰ। ਫਿਰ ਇੱਕ ਗੱਲ ਜਿਹੜੀ ਬੀੜੀ ਆ, ਆਹ ਜਿਹੜੀ ਲੰਮੀ ਚੌੜੀ ਕਹਾਣੀ ਆ ਵੀ ਸਮਗਲਿੰਗ ਕਰਦੇ ਆ ਜਿਹੜੇ ਗੈਂਗਵਾਰ ਭਾਈ ਜੀ ਉੱਥੇ, ਉਹ ਆਹ ਜਾਣ ਕੇ ਜੇਲ੍ਹ ਪ੍ਰਸ਼ਾਸਨ ਨਾਲ ਮਿਲ ਕੇ ਅੰਦਰ ਤੰਬਾਕੂ ਵੇਚਦੇ ਆ, ਜਰਦਾ ਵੇਚਦੇ ਆ, ਹਰੇਕ ਸਮੈਕ ਵੇਚਦੇ ਆ, ਸਾਰਾ ਕੁਛ ਵੇਚਦੇ ਆ, ਉਹ ਫਿਰ ਕੂਪਨ ਐਂ ਇਕੱਠੇ ਕਰ ਲੈਂਦੇ ਆ, ਉਹ ਕੂਪਨ ਗਾਂ 2 ਨੰਬਰ 'ਚ ਦੁੱਗਣੇ ਭਾਅ 'ਚ ਰੇਟ 'ਚ ਗਾਂ ਬੰਦੀਆਂ ਨੂੰ ਚਲਾ ਦਿੰਦੇ ਆ। ਦੂਸਰੀ ਗੱਲ ਪਾਸ਼ਾ, ਜਦੋਂ ਮੈਂ ਸਾਡੇ ਕੇਸ ਜਿਹੜੀ ਲੜੇ ਅਸੀਂ ਤਿਹਾੜ ਉੱਥੇ ਦਿੱਲੀ ਕੇਸ ਲੜਿਆ ਵੀ ਬਹੁਤ ਟਫ ਸਾਡੇ ਨਾਲ ਹੋਈ ਕਹਾਣੀ, ਉਹਦਾ ਕਾਰਨ ਨਹੀਂ ਤਾਂ ਸਾਡੀ ਅਦਾਲਤ ਬਦਲ ਦਿੰਦੇ ਸੀਗੇ, ਮਤਲਬ ਕਿ ਚਲਾਣ ਪੇਸ਼ ਕਰਨਾ, ਕਦੇ ਚਲਾਣ 'ਚ ਨੁਕਸ ਪਾਤਾ, ਕਦੇ ਕਾਹੇ ਗੱਲ 'ਚ ਨੁਕਸ ਪਾਤਾ, ਖੀਰ ਅਸੀਂ ਲਾੜ ਭਿੜਕੇ ਕਰਦੇ ਕਰਦੇ ਕਸ਼ਮੀਰੀ ਆਹ ਉੱਥੇ ਜਿਹੜੇ ਆ CBI ਦਾ ਜੱਜ ਸੀਗਾ ਐਮ.ਐਲ. ਸਾਹਨੀ, ਉਹਦੇ ਕੋਲ ਸਾਡਾ ਕੇਸ ਚਲਿਆ ਗਿਆ, ਉਸਨੇ ਸਾਨੂੰ ਮਤਲਬ ਕਿ ਬਹੁਤ ਵਧੀਆ ਤਰੀਕੇ ਨਾਲ ਬਰੀ ਕੀਤਾ, ਔਰ ਜਿਹੜੀ ਆ ACP ਰਾਜਵੀਰ ਦੀ ਉਹਨਾਂ ਨੇ ਤਰ ਕੇ ਇਸ ਗੱਲ 'ਚ ਲਿਖਿਆ ਵੀ ਇਹ ਤੁਹਾਡਾ ਝੂਠ ਦਾ ਗੁਬਾਰਾ ਜਿਹੜਾ ਹੁਣ ਫੁੱਟ ਗਿਆ। ਸਿਰਫ 3 ਜਣੇ ਬਰੀ ਕੀਤੇ ਜੀ, ਮੈਂ ਬਲਵੀਰ ਸਿੰਘ ਬੈਂਸ ਅਤੇ ਸੁਖਮੰਦਰ ਸਿੰਘ ਕਰੂੰਵਾਲਾ, ਮਤਲਬ ਕਿ ਅਸੀਂ 3 ਸਿੰਘ ਬਰੀ ਹੋਏ ਹਾਂ। ਬਰੀ ਹੋਣ ਤੋਂ ਬਾਅਦ ਉਹਨਾਂ ਨੂੰ ਬਲਵੀਰ ਸਿੰਘ ਬੈਂਸ ਨੂੰ ਤਾਂ ਬਹੁਤ ਦੇਰ ਰਾਤ ਤੱਕ ਰੱਖ ਛੱਡਿਆ ਸੀਗਾ ਵੀ ਤੂੰ ਤਾਂ ਬਾਹਰ ਲਾ ਰਿਹਾ ਤੈਨੂੰ ਕਿਵੇਂ ਛੱਡ ਦਈਏ ਅਸੀਂ। ਸੁਖਮੰਦਰ ਸਿੰਘ ਨੂੰ ਛੱਡਤਾ ਸੀ, ਮੈਨੂੰ ਨਹੀਂ ਛੱਡਿਆ ਸੀਗਾ, ਮੈਨੂੰ ਉਹਨਾਂ ਨੇ ਗਾਰਡ ਲਾ ਕੇ ਪੰਜਾਬ ਭੇਜਤਾ ਸੀਗਾ। ਇੱਕ ਗੱਲ ਹੋਰ ਹੈ, ਜਦੋਂ ਅਸੀਂ ਬਰੀ ਹੋਏ ਹਾਂ ਮਤਲਬ ਕਿ ਬੜਾ ਮਾਣ ਵਿਰਾਗ ਮਈ ਹੋਇਆ, ਔਰ ਭੁੱਲਰ ਸਾਹਿਬ ਨੇ ਅਤੇ ਭਾਈ ਬਲਵੀਰ ਸਿੰਘ ਬੈਂਸ ਨੇ ਇੱਕ ਗੱਲ ਕਹੀ ਵੀ ਮਤਲਬ ਕਿ ਬਾਹਰ ਰਹਿ ਕੇ ਕੀ ਕਰੇਗਾ। ਮੈਂ ਭਾਈ ਸਾਹਿਬ ਮੈਂ ਬਹੁਤ ਲੰਮੀ ਲੜਾਈ ਲੜ ਲਈ, ਮੈਂ ਬਹਿਣਾ ਚਾਹੁੰਦਾ, ਕਹਿੰਦੇ ਨਹੀਂ ਬਹਿਣਾ ਨੀਗਾ। ਬੈਂਸ ਸਾਹਿਬ ਨੇ ਵੀ ਆਹ ਗੱਲ ਕਹੀ ਆ ਅਤੇ ਭੁੱਲਰ ਸਾਹਿਬ ਨੇ ਵੀ ਗੱਲ ਕਹੀ ਆ, ਲਾਹੌਰੀ ਨੇ ਵੀ ਆਹ ਗੱਲ ਕੀਤੀ, ਵੀਰ ਲਾਹੌਰੀ ਨੇ, ਭਾਈ ਮਨਜਿੰਦਰ ਸਿੰਘ ECC ਉਹਨੂੰ ਮੇਰੇ ਨਾਲ ਪਹਿਲਾਂ ਨਾਭੇ ਘੱਤਾ ਸੀਗਾ, ਕਹਿੰਦੇ ਬਹਿਣ ਤੂੰ ਸ਼ਹੀਦ ਪਰਿਵਾਰਾਂ ਕੋਲ ਜਾਣਾ। ਮੈਂ ਭਾਈ ਸਾਹਿਬ ਮੇਰੇ ਕੋਲ ਸਾਧਨ ਨਹੀਂ ਵੀ ਲੰਮਾ ਸਮਾਂ ਜੰਗ ਲੜ ਲਈ ਆ ਵੀ ਕਿੱਥੇ ਤੂੰ ਸਾਧਨ ਨਹੀਂ ਕੁਛ ਨਹੀਂ, ਸਾਡੀ ਬਹੁਤ ਬੁਰੀ ਹਾਲਤ ਸੀਗੀ, ਕਿਉਂ ਆਰਥਿਕ ਪੱਖੋਂ ਵੀ ਬੁਰੀ ਹਾਲਤ ਸੀ, ਨਹੀਂ ਮਤਲਬ ਕਿ ਕੀ ਕੀਤਾ ਜਾਵੇ। ਫਿਰ ਇੱਕ ਸੱਜਣ ਮਿੱਤਰ ਤੋਂ ਮੈਂ ਸਕੂਟਰ ਲਿਆ, ਉਹ ਖੜਾ ਕਰੇ ਟੁੱਟਿਆ ਜਿਹਾ ਸਕੂਟਰ, ਉਹ ਸਕੂਟਰ 'ਤੇ ਮੈਂ ਸ਼ਹੀਦ ਪਰਿਵਾਰਾਂ ਕੋਲ ਜਾਣਾ ਸ਼ੁਰੂ ਕੀਤਾ। ਇਕੱਲੇ ਇਕੱਲੇ ਪਰਿਵਾਰ, ਪਹਿਲਾਂ ਤਾਂ 1-2 ਵਾਰੀ ਤਾਂ ਪਰਿਵਾਰਾਂ ਨੇ ਮੇਰੀ ਗੱਲ ਹੀ ਨਹੀਂ ਸੁਣੀ, ਫਿਰ ਉਸ ਤੋਂ ਬਾਅਦ ਆਹ ਉਦਮ ਕੀਤਾ ਮੈਂ ਪਰਿਵਾਰਾਂ ਕੋਲ ਜਾਣ ਦਾ, ਉਹਨਾਂ ਵੇਰਵੇ ਇਕੱਠੇ ਕੀਤੇ, ਫਿਰ ਮੇਰੇ ਮਨ 'ਚ ਇੱਕ ਗੱਲ ਆਈ, ਮੈਂ ਕਿਉਂ ਉਹਨਾਂ ਨੂੰ ਕਿਤਾਬ ਦਾ ਰੂਪ ਦੇ ਦਿੱਤਾ ਜਾਵੇ ਸਾਰੀ ਕਹਾਣੀ ਨੂੰ। ਫਿਰ ਮੈਂ ਤਵਾਰੀਖ ਬੱਬਰ ਖਾਲਸਾ ਜਿਹੜੀ ਕਿਤਾਬ ਆਹ, ਇਸ ਕਿਤਾਬ ਨੂੰ ਮੈਂ ਮਤਲਬ ਕਿ ਸਿਰੇ ਚੜਾਇਆ, ਜੋ ਮਤਲਬ ਕਿ ਸੰਗਤ ਨੇ ਪ੍ਰਵਾਨ ਕੀਤੀ। ਪਰ ਇਹ ਕਿਤਾਬ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੋ ਗਈ, ਇਸ ਕਿਤਾਬ ਦੇ ਵਿੱਚੋਂ ਕਿਤਾਬ ਛਾਪਣ ਵਾਲਿਆਂ ਨਾਲ ਮੈਨੂੰ ਕੋਈ ਤਜਰਬਾ ਨਹੀਂ ਸੀ ਇਸ ਗੱਲ ਦਾ, ਇਹਦੇ ਵਿੱਚੋਂ 9 ਜੀਵਣੀਆਂ ਅਤੇ 20 ਤਸਵੀਰਾਂ ਉਹ ਕਿਤਾਬਾਂ ਛਾਪਣ ਵਾਲੇ ਨੇ ਗਾਇਬ ਕਰਤੀਆਂ, ਪਤਾ ਨਹੀਂ ਉਹਨੂੰ ਕੀ ਐਲਰਜੀ ਸੀ ਇਸ ਗੱਲ 'ਤੇ, ਮੈਂ ਹੁਣ ਨਾਂ ਨਹੀਂ ਲੈਂਦਾ। ਉਹ ਜਿਹੜੀਆਂ 9 ਜੀਵਣੀਆਂ ਸੀ, ਉਹ 9 ਜੀਵਣੀਆਂ ਵਿੱਚ ਭਾਈ ਤਲਵਿੰਦਰ ਸਿੰਘ ਬੱਬਰ, ਭਾਈ ਅਮਰਜੀਤ ਸਿੰਘ ਬੱਬਰ ਖੇਮਕਰਨ, ਭਾਈ ਅਮਰਜੀਤ ਸਿੰਘ ਬੱਬਰ ਸਿੰਘਾਂ ਦੀ ਜੀਵਣੀਆਂ ਸੀ ਭਾਈ ਸੀ, ਇਹਨਾਂ ਕਿਤਾਬ ਦੇ ਵਿੱਚੋਂ ਉਹਨੇ ਗਾਇਬ ਕਰਤੀ, ਉਹਦੇ 20 ਫੋਟੋਆਂ ਗਾਇਬ ਕਰਤੀਆਂ। ਇਹ ਕਿਤਾਬ ਮੇਰੀ ਸੰਗਤ ਨੇ ਪ੍ਰਵਾਨ ਕੀਤੀ ਆ, ਪਰ ਇਹ ਕਿਤਾਬ ਨੂੰ ਮੈਂ ਮੇਰੇ ਮਨ 'ਚ ਅਜੇ ਵੀ ਆ ਵੀ ਇਸ ਕਿਤਾਬ ਦਾ ਅਸਲੀ ਮੂਰਤੀ ਮਾਨ ਰਿਹਾ ਰੂਪ ਆ ਸੰਗਤ ਦੀ ਝੂੜੀ 'ਚ ਰੱਖਿਆ ਜਾਵੇ। ਦੂਸਰੀ ਕਿਤਾਬ ਫਿਰ ਮੈਂ ਲਿਖੀ ਕਲਮ ਜੇ ਕਾਫਲਾ ਬਣ ਜੇ, ਫਿਰ ਇੱਕ ਮੈਗਜ਼ੀਨ ਵੀ ਅਸੀਂ ਕੱਢਿਆ 5-30 ਹੋਰ, ਆਹ ਕਲਮ ਜੇ ਕਾਫਲਾ ਕੰਮ ਬਣ ਜੇ, ਇਹਦੇ ਵਿੱਚ ਅਸੀਂ ਇੱਕ ਇਸ ਤਰ੍ਹਾਂ ਤਸਵੀਰ ਆ ਜਿਹੜੀ ਸੰਗਤ ਦੇ ਵਿੱਚ ਅਸੀਂ ਵੰਡ ਰਹੇ ਹਾਂ, ਇਹ ਉਹ 'ਚ ਬਕਾਇਦਾ ਲਿਖਿਆ ਹਰ ਮੋੜ 'ਤੇ ਗੋਲੀਆਂ, ਹਰ ਪੈਰ ਪੈਰ 'ਤੇ ਕੱਢੇ, ਅਸੀਂ ਫਿਰ ਵੀ ਨਾ ਰੁਕੇ ਨਾ ਸ਼ਹਾਦਤਾਂ ਸੰਗੇ, ਭਾਈ ਮਹਿੰਗਾ ਸਿੰਘ ਬੱਬਰ ਦੀ ਸ਼ਹਾਦਤ ਬਾਰੇ ਅਸੀਂ ਲਿਖਿਆ, ਅਤੇ ਆਹ ਮੈਗਜ਼ੀਨ ਸੀ 5-30 ਹੋਰ ਅਸੀਂ ਛਾਪ ਰਹੇ ਸੀਗੇ ਛਾਪ ਰਹੇ ਹਾਂ। ਪਰ ਇਹਨੂੰ ਵੀ ਸਾਸ਼ੀ ਸਾਸ਼ਾ ਵੀਰ ਬੰਦ ਕਰਾਉਣ ਦਾ ਯਤਨ, ਇੱਕ ਪਪਲਪ੍ਰੀਤ ਨਾਂ ਦਾ ਬੰਦਾ ਕੋਈ
ਮਤਲਬ ਕਿ ਆਪਾਂ ਪਹਿਲਾਂ ਨਾਂ ਸੀ ਬਘੇਲ ਸਿੰਘ ਬਾਗੀ, ਮੈਂ ਨਾਂ ਲੈਣ ਤੋਂ ਡਰ ਨਹੀਂ, ਕੋਈ ਜਿਹਨੇ ਕੌਮ ਦਾ ਨੁਕਸਾਨ ਕੀਤਾ ਹੋਵੇ, ਪੰਥ ਦਾ ਨੁਕਸਾਨ ਕੀਤਾ ਹੋਵੇ, ਸਾਨੂੰ ਉਹਦਾ ਨਾਂ ਲੈਣ 'ਤੇ ਕੋਈ ਡਰ ਨਹੀਂ। ਪਰਪਲਪ੍ਰੀਤ ਸਿੰਘ ਨੇ ਇਸ ਮੈਗਜ਼ੀਨ ਨੂੰ ਬੰਦ ਕਰਾਉਣ ਦੇ ਵਿੱਚ ਪੂਰਾ ਜ਼ੋਰ ਲਾਇਆ ਵੀ ਇਹ, ਕਿਉਂਕਿ ਮੈਗਜ਼ੀਨ ਜਿਹੜਾ ਹਰਮਨ ਪਿਆਰਾ ਮੈਗਜ਼ੀਨ ਬਣ ਗਿਆ ਸੀਗਾ, ਔਰ ਅਸੀਂ ਆਸ ਕਰਦੇ ਹਾਂ ਆਹ ਮੈਗਜ਼ੀਨ ਸੰਗਤ ਦੀ ਝੂੜੀ ਵਿੱਚ ਮੈਂ ਰੱਖਦਾ ਰਹਾਂਗਾ। ਜਦੋਂ ਮੈਂ ਸਾਰੀ ਕਹਾਣੀ ਤੂੰ ਜਰ ਕੇ ਘਰੇ ਆਇਆ, ਮੇਰੇ ਘਰ ਦੇ ਹਾਲਤ ਬੜੇ ਬਦਤਰ ਸੀਗੇ ਵੀ ਛੋਟਾ ਬੇਟੇ ਦੀ ਕੈਂਸਰ ਨਾਲ ਮੌਤ ਹੋ ਗਈ, ਅਤੇ ਵੱਡਾ ਬੇਟਾ ਮੇਰਾ ਤਕਰੀਬਨ ਹੁਣ 1.5 ਸਾਲ ਤੋਂ ਉਹ ਕੌਮਾ 'ਚ, ਅਜੇ ਤੱਕ ਉਹ ਬੋਲਿਆ ਨਹੀਂ। ਅਤੇ ਇਹ ਜਿਹੜਾ ਇੰਨਾ ਵੱਡਾ ਤੁਹਾਡੇ ਹਾਦਸੇ ਹੋਏ ਪਰਿਵਾਰ ਦੇ ਵਿੱਚ, ਇਹ ਜੇਲ੍ਹ 'ਚੋਂ ਆਉਣ ਤੋਂ ਬਾਅਦ ਹੋਈ ਸੀ? ਆ ਜਿਹੜੇ ਬੇਟਿਆਂ ਦੀ ਮੌਤ ਆ ਜਿਹੜੀ ਮੇਰੇ ਜੇਲ੍ਹ 'ਚ ਆਉਣ ਤੋਂ, ਕਿਉਂ ਘਰੇ ਜਦੋਂ ਮੈਂ ਘਰ ਦੀ ਬੁਰੀ ਹਾਲਤ ਸੀਗੀ, ਮਤਲਬ ਕਿ ਆ ਕੇ ਉਹ ਬੱਚਿਆਂ ਦੇ ਮਨ 'ਤੇ ਇੱਕ ਬਹੁਤ ਵੱਡਾ ਲੋਡ ਸੀਗਾ, ਮੇਰੀ ਮਿਸਿਜ ਆ ਉਹਦੇ ਮਨ 'ਤੇ ਬਹੁਤ ਵੱਡਾ ਲੋਡ ਸੀ ਵੀ ਮੈਨੂੰ ਸੀ ਏ ਸਟਾਫ ਵਾਲਿਆਂ ਨੇ ਫੜ ਕੇ ਰੱਖਿਆ, ਮੇਰੇ ਪਿਤਾ ਜੀ ਦੇ ਮਨ 'ਤੇ ਲੋਡ ਸੀਗਾ ਵੀ ਮੈਨੂੰ ਸ਼ਿੱਦਤ ਦਾ ਸ਼ਿਕਾਰ ਨੂੰ ਹੋਣਾ ਪਿਆ, ਮਤਲਬ ਕਿ ਬਠਿੰਡੇ ਉਹ ਪਰਿਵਾਰ ਦਾ ਇੱਕ ਪਰਿਵਾਰ ਮੇਰੇ ਨਾਲ ਗੱਲ ਜੀ ਕਰਕੇ ਖੁਸ਼ ਨਹੀਂ ਸੀਗਾ ਕਿ ਵੀ ਤੂੰ ਤੇਰੇ ਕਰਕੇ ਆ ਸਾਰਾ ਕੁਛ ਹੋਇਆ, ਵੀ ਤੂੰ ਸਾਰੀ ਉਮਰ ਹੀ ਲੰਘ ਗਈ ਵੀ ਕੁੱਟਾਂ ਖਾਲੀਆਂ, ਮਤਲਬ ਕਿ ਜੇਲ੍ਹਾਂ ਕੱਟਣੀਆਂ, ਸਾਨੂੰ ਵੀ ਚੁਕਾਤਾ, ਵੀ ਉਹ ਪਰਿਵਾਰ ਦਾ ਤਾਂ ਮੇਰੇ 'ਤੇ ਇੱਕ ਵੱਡਾ ਲਾਂਭਾ ਆ ਰਿਹਾ ਹੁਣ ਤੱਕ। ਸੰਘਰਸ਼ ਦੇ ਦੌਰਾਨ ਪਰ ਮੈਨੂੰ ਕੋਈ ਲਾਂਭਾ ਨਹੀਂ ਗਾ, ਜੇ ਮੈਂ ਆਹ ਕੰਮ ਕੀਤਾ, ਜੰਗ ਲੜੀ ਆ ਹਿੰਦ ਸਰਕਾਰ ਦੇ ਖਿਲਾਫ, ਅਸੀਂ ਜੰਗ ਲੜੀ ਆ, ਮਤਲਬ ਕਿ ਇੱਕ ਜਥੇਬੰਦੀ ਦੇ ਰੂਪ ਵਿੱਚ ਵਧੀਆ ਜੰਗ ਲੜੀ ਆ, ਜੇਲ੍ਹ ਗਿਆ, ਮੈਨੂੰ ਇਸ ਗੱਲ ਦਾ ਕੋਈ ਗੁੱਸਾ ਨਹੀਂ। ਪਰ ਦੁੱਖ ਤਾਂ ਮੈਨੂੰ ਇਸ ਗੱਲ ਦਾ ਜਿਹੜੇ ਸਾਡੇ ਆਪ ਜਿਹੇ ਪੱਪਲਪ੍ਰੀਤ ਵਰਗੇ ਆ ਗਏ ਜਾਂ ਕੋਈ ਹੋਰ ਸਰਕਾਰੀ ਕੈਟ ਆ ਗਏ ਵੀ ਜਿਹੜੇ ਸਿੱਖ ਸੀਗੇ ਉਹਨਾਂ ਨੇ ਸਾਡਾ ਮਤਲਬ ਕਿ ਸਾਨੂੰ ਹੀ ਮਾਰਿਆ, ਸਾਨੂੰ ਹੀ ਬਰਬਾਦ ਕੀਤਾ, ਆਰਥਿਕ ਤੌਰ 'ਤੇ ਵੀ ਬਰਬਾਦ ਕੀਤਾ, ਸੱਭਿਆਚਾਰਕ ਤੌਰ 'ਤੇ ਬੱਚਿਆਂ ਨੂੰ ਖਰਾਬ ਕੀਤਾ। ਇਹ ਸਾਰਾ ਜਦੋਂ ਪ੍ਰੀ ਪ੍ਰੈਂਡ ਉਹਨਾਂ ਨੇ ਜਿਹੜੇ ਖਾੜਕੂ ਪਰਿਵਾਰ ਚੁਣੇ ਹੋਏ ਸੀਗੇ ਵੀ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਨੇ ਜਾਣ ਕੇ ਹੀ ਜਿਹੜੇ ਇਸ ਤਰ੍ਹਾਂ ਦੇ ਸੀ ਉਹਨਾਂ ਨੂੰ ਜਾਣ ਕੇ ਖਰਾਬ ਕੀਤਾ। ਉਹ ਨਹੀਂ, ਉਹ ਘਰੇ ਕੈਂਸਰ ਘਰੇ ਉਹ ਕੰਮ ਕਰਦਾ ਸੀਗਾ ਜੀ, ਇਸ ਤਰ੍ਹਾਂ ਮੋਟਰ ਖੂਹ ਹੁੰਦੇ ਸਾਡੇ ਪਾਣੀ ਵਾਲੇ, ਉਹ ਵਿੱਚੋਂ ਮੋਟਰ ਕੱਢ ਰਿਹਾ ਸੀਗਾ, ਮੋਟਰ ਕਰਕੇ ਪਾਣੀ ਪੈ ਕੇ ਬੋਰ ਭਰ ਗਿਆ ਸੀਗਾ, ਜਦੋਂ ਬਾਹਰ ਕੱਢੀ ਉਹਨੇ ਮੋਟਰ, ਉਹ ਮੋਟਰ ਸਲਿੱਪ ਕਰਕੇ ਉਹਦੀ ਰੀੜ ਦੀ ਹੱਡੀ 'ਤੇ ਲੱਗ ਗਈ ਮਗਰਲੇ ਪਾਸੇ, ਦੋ 10 ਸੈਂਟੀਮੀਟਰ ਥਾਂ ਜਿਹੜਾ ਸੀਗਾ ਉਹ ਕਰੈਕ ਹੋ ਕੇ, ਮਤਲਬ ਕਿ ਕਣਕ ਨਿੱਕੇ ਨਿੱਕੇ ਕਰੈਕ ਹੋ ਗਿਆ ਰੀੜ ਦੀ ਹੱਡੀ ਸਾਰੀ, ਉਹ ਰੀੜ ਦੀ ਹੱਡੀ ਤੋਂ ਉੱਥੋਂ ਕੈਂਸਰ ਲੱਗ ਗਿਆ, ਅਤੇ ਮੈਂ PGA ਲੈ ਗਿਆ ਸੀਗਾ, ਮਤਲਬ ਕਿ ਕਾਫੀ ਪੈਸਾ ਲੱਗਾ ਪਰ ਉਹ ਨਹੀਂ ਬਚਿਆ। ਉਸ ਤੋਂ ਬਾਅਦ ਛੋਟਾ ਵੱਡਾ ਬੇਟਾ, ਅਤੇ ਪਰ ਇੱਕ ਹੋਰ ਗੱਲ ਆ, ਜਿਹੜਾ ਮੇਰਾ ਵੱਡਾ ਬੇਟਾ ਜੀ ਆ ਸ਼ਹੀਦ ਭਾਈ ਬਲਵਿੰਦਰ ਸਿੰਘ ਬੱਬਰ ਗੰਗਾ ਦੀ ਭਤੀਜੀ ਉਹਨਾਂ ਨੇ ਕਰਿਆ, ਵੀ ਉਹ ਖਾੜਕੂ ਪਰਿਵਾਰ ਨਾਲ ਹੀ ਦੇ ਵਿੱਚ ਸੀਗਾ, ਵੀ ਹਾਂ ਖਾੜਕੂ ਪਰਿਵਾਰ 'ਚ ਸੀਗਾ, ਭਾਈ ਬਲਵੰਤ ਸ਼ਹੀਦ ਭਾਈ ਬਲਵਿੰਦਰ ਸਿੰਘ ਬੱਬਰ ਗੰਗਾ ਦੀ ਭਤੀਜੀ ਸੀ, ਅਤੇ ਸੰਗਤ ਨੇ ਰਹਿਣ ਸਵਾਈ ਕੀਰਤਨ ਦੇ ਵਿੱਚ ਹੀ ਉਹਦੇ ਆਨੰਦ ਕਾਰਜ ਕੀਤੇ ਸੀ। ਪਤਾ ਨਹੀਂ ਲੱਗਾ ਇਸ ਗੱਲ 'ਤੇ ਕਿਵੇਂ ਸਿਰ 'ਤੇ ਜਿਹੜੇ ਬਲੋਕ ਨਿਕਲੀ ਆ ਖੱਬੇ ਪਾਸੇ, ਮਤਲਬ ਕਿ 10 ਆਹ 17 mm ਥਾਂ ਜਿਹੜਾ ਰੁਪਈਏ ਜਿੰਨਾ ਥਾਂ ਜੀ, ਵੀ ਉਹ ਬਲੋਕੇਜ ਨਿਕਲੀ, ਉਹ ਬਲੋਕੇਜ ਨਾਲ ਇੱਕਦਮ ਕੌਮਾ ਚਲਿਆ ਗਿਆ। ਮੈਂ DMC ਲੈ ਗਿਆ ਜੀ, DMC 'ਚ ਉਹਨਾਂ ਨੇ 2 ਆਪਰੇਸ਼ਨ ਕੀਤੇ ਆ, 9-10 ਲੱਖ ਰੁਪਈਆ ਲੱਗ ਗਿਆ ਘੱਟੋ ਘੱਟ, ਅਤੇ ਪਰ ਅਜੇ ਤੱਕ ਉਹ ਬੋਲਿਆ ਨਹੀਂ, ਨਾ ਬੋਲਿਆ ਨਾ ਉਹਨੇ ਕੋਈ ਖਾਧਾ ਪੀਤਾ ਜੀ, ਪੈਪ ਰਾਹੀਂ ਸਾਰਾ ਕੁਝ ਦਿੰਦੇ ਆ। ਗਲਤੀ ਥੋੜ੍ਹੀ ਜਿਹੀ ਇਹਨਾਂ ਦੀ ਵੀ ਆ, ਦੇਖਿਆ ਨਹੀਂ ਪਿੱਛੇ ਗੱਡੀ ਮੋੜਤੀ, ਉਹਦੀ ਉਦੋਂ ਵੱਡੀ ਬੇਵਕੂਫੀ ਆ। ਤੇਰੀ ਡੇਟ ਆਫ ਬਰਥ ਕਿੰਨੀ ਆ? 30/4/83। ਕਿੰਨੇ ਭੈਣ ਭਰਾ ਹੋ ਤੁਸੀਂ? 2 ਭੈਣ ਭਰਾ। ਉਹਦਾ ਕੀ ਬਣਿਆ ਯਾਰ, ਜਿਹੜਾ ਮੁੰਡਾ ਨਹੀਂ ਸੀ ਅੰਦਰ ਬਠਿੰਡੇ ਦਾ ਹੀ, ਜਿਹੜਾ ਭੱਜ ਗਿਆ ਸੀ ਜੇਲ੍ਹ 'ਚੋਂ, 307 ਦਾ ਕੇਸ ਸੀਗਾ, ਮੈਂ ਕਿਹਾ ਨਾਂ ਭੁੱਲ ਗਿਆ, ਜੋਰੇ ਉਹਨਾਂ ਨਾਲ ਰਹਿਣਾ ਹੁੰਦਾ ਸੀ, ਉਹਦਾ ਨਾਂ ਬਿੰਦਰ 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 ਮੋਟਾ ਆ, ਮੱਖਣ ਨੂੰ ਪਤਾ ਚੱਲਦਾ ਯਾਰ। ਆਹ ਮਾਈਕ ਕਿੰਨੇ ਦਾ ਆਉਂਦਾ? 2000 ਰੁਪਏ ਦਾ, ਉਹ ਜ਼ਿਆਦਾ ਤਾਂ। ਆਹ ਮਾਈਕ
हाँ जी ये ला लो कोई नमी डाल दूँ काबिल नहीं है।